ਪਿਆਰੇ ਦਰਸ਼ਕੋ, ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ। ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਤੁਹਾਨੂੰ ਦੱਸਾਂਗੇ ਜੋ ਪਿਛਲੇ ਸ਼ੁੱਕਰਵਾਰ 16 ਨਵੰਬਰ ਨੂੰ ਕਾਬੁਲ ਵਿਖੇ ਹਰੀ ਕੌਰ ਜੀ ਅਕਾਲ ਚਲਾਣਾ ਕਰ ਗਏ ਸੀ, ਜੋ ਸ਼ੋਰ ਬਾਜ਼ਾਰ ਵਿਖੇ ਰਹਿੰਦੇ ਸੀਗੇ, ਅਤੇ ਉਹਨਾਂ ਦੀ ਅੰਤਿਮ ਸੰਸਕਾਰ ਲਈ ਉਹਨਾਂ ਦੀ ਜੋ ਦੇਹ ਹੈਗੀ, ਡੈੱਡ ਬੋਡੀ ਹੈ, ਉਹਨੀ ਕਲਾਚਾ ਜੋ ਕ੍ਰਿਮੇਸ਼ਨ ਗਰਾਊਂਡ ਹੈ ਉੱਥੇ ਲੈ ਕੇ ਗਏ। ਕਲਾਚਾ ਕ੍ਰਿਮੇਸ਼ਨ ਗਰਾਊਂਡ ਵਿਖੇ ਆਸ ਪਾਸ ਜੋ ਲੋਕ ਰਹਿ ਰਹੇ ਹਨ, ਉਹਨਾਂ ਨੇ ਉਹਨਾਂ ਦੀ ਕ੍ਰਿਮੇਸ਼ਨ ਲਈ ਉਹਨਾਂ ਨੇ ਇਤਰਾਜ਼ ਕੀਤਾ, ਅਤੇ ਇਸ ਸੰਬੰਧ ਵਿਖੇ ਅਫਗਾਨਿਸਤਾਨ ਕਾਬੁਲ ਵਿਖੇ ਰਹਿ ਰਹੇ ਸਿੱਖ ਅਤੇ ਹਿੰਦੂ ਵੀਰ ਇਕੱਠੇ ਮਿਲ ਕੇ ਇੱਕ ਪ੍ਰੋਟੈਸਟ ਕੀਤਾ। ਉਹ ਡੈਮੋਨਸਟ੍ਰੇਸ਼ਨ ਦੇ ਬਾਰੇ ਅਸੀਂ ਤੁਹਾਨੂੰ ਜਲਦੀ ਇੱਕ ਅਗਲੇ ਚੰਦ ਮਿੰਟਾਂ 'ਚ ਇੱਕ ਵੀਡੀਓ ਵੀ ਦਿਖਾਵਾਂਗੇ, ਤੁਸੀਂ ਵੇਖ ਸਕੋਗੇ ਉੱਥੇ ਕੀ ਪ੍ਰੋਬਲਮ ਹੈਗੀ ਆ ਲੋਕਾਂ ਦੀਆਂ, ਕਿਉਂ ਉਹਨਾਂ ਨੂੰ ਕ੍ਰਿਮੇਸ਼ਨ ਕਰਨ ਨਹੀਂ ਦਿੱਤਾ ਜਾਂਦਾ ਕਾਬੁਲ ਵਿਖੇ। ਅਤੇ ਇਸ ਸੰਬੰਧ ਵਿਖੇ ਮੇਰੇ ਨਾਲ ਗੱਲਾਂ ਬਾਤਾਂ ਕਰਨੇ ਮੇਰੇ ਲੈਫਟ 'ਤੇ ਹੈਗੇ ਸਰਦਾਰ ਹਰਬੰਸ ਸਿੰਘ ਜੀ ਹਾਂਡਾ, ਜੋ ਕਿ ਕਾਬੁਲ ਵਿਖੇ ਅਫਗਾਨਿਸਤਾਨ ਵਿਖੇ ਗੌਰਮੈਂਟ ਆਫਿਸ ਵਿੱਚ ਕੰਮ ਕਰਦੇ ਸੀਗੇ। ਅਤੇ ਮੇਰੇ ਨਾਲ ਹੈਗੇ ਡਾਕਟਰ ਅਮਰਨਾਥ ਕੱਕੜ ਜੀ, ਜੀ ਜੋ ਕਿ ਇੱਕ ਪੇਸ਼ੇ ਦੇ ਡਾਕਟਰ ਨੇ, ਅਤੇ ਇਹ ਵੀ ਅਫਗਾਨਿਸਤਾਨ ਵਿਖੇ ਜੰਮੇ ਨੇ, ਪੱਲੇ ਨੇ, ਪੜ੍ਹਾਈ ਕੀਤੀ ਉੱਥੇ। ਅਤੇ ਇਨ ਦੋਵਾਂ ਨਾਲ ਐਕਸਪਰਟ ਓਪੀਨੀਅਨ ਆਪਾਂ ਗੱਲਬਾਤਾਂ ਕਰਾਂਗੇ ਕਿ ਉੱਥੋਂ ਦੀ ਲੋਕਾਂ ਨੂੰ ਕੀ ਪ੍ਰੋਬਲਮ ਹੈਗੀਆਂ। ਆਓ ਸਭ ਤੋਂ ਪਹਿਲਾਂ ਅਸੀਂ ਇੱਕ ਕਲਿੱਪ ਅਫਗਾਨਿਸਤਾਨ ਦੀ ਵੇਖੀਏ ਜੀ। لسګونو اهله هنود هیوادوالو چې اومړی هم لزانه سره لیک دا وو ولس مشریتا ورسیرما واټ د سو ساتونو لپاره تړلې وو او د شعارونو په ورکولو سره یې د خپل حقونو غوښتنه کوله. دا کسان وایي د کابل د قلاچی سیمه د دوی د مړو د سوځولو لپاره ځانګړې سوی سیمه ده، خو یو شمیر کسان د دوی د دغه مراسمو مخنیسی او هغه سیمه ته یې نه پرېږدي. دوی وایي امنیتي ځواکونه هم د سیمې د خلکو څخه ملاتړ کوي. ای پاسپورٹ دے ماں در ہر جائے کہ میرے ویزا میں گرے ہوں بدونی ویزا ماں رہے جائے نہ میں مانا آما متاسفانہ کہ امروز میت ماں در روی زمین ہے کس حق مارے نہ میدام حدری خود ماں پیش روی موٹر جنازہ تھا جد موٹر جنازہ مارا قدر لگا تھا گفت جازہ نے ما پر دور موٹر جنازہ را دے اندو سلطان درو کر دو بعد از ان برے نفرارن تا جان ما خواد بعد یک کردوی ملی ہم سر معاملہ کرد بعد یک پولیس ہم سر معاملہ تایی که ما جای جدیدی را که به ما دولت افغانستان داده، حکومت داده، تایی که اجور شود ما ضرورت داریم که مراسم آتش سپاری خود در این محل انجام بدیم. دوی وایی که دولت یه ستونزه حل نکری نو پر اطلون که تاکنو که با لگردون سخه داده وکری او هیواد بپریگ دی. ما حق خود از دولت می خواهیم که حق حقوق ما مردم معلوم کنه، اگر نه ما را بل متعت خواهش می کنه که ما را جفت کنه اگر جای پیتا که ما پر در انتخابات بادی ما هیچ کس را کرده ما نمی خواهیم دیگه، ما دیگه نمی خواهیم برای حضور بیتیم. په همدې وخت کې د کابل امنیتي چارواکي له دې کسانو سره د پولیسو د ناوړه چلند ادعا ردوي او وایي پولیس د دغه کسانو د حقونو د ترلاسه کولو هڅه کوي تر څو د دوی حقونه تر پښو لاندې نسی. ما در دفاع ازی هستیم و حقوق ازی ها هر چی باشه محفوظ است. وظیفه پلیس است که در برابر حقوق ازی ها در هر کسی که البته کدام جنایت میکنه ما کتازو بر خود قانونی خاط میکنیم. دا په داسې حال کې د چې تر دې وړاندې کابل خاروالی د اهل هنود د مړو د مراسم لپاره ځای ځانګړی کړی و، خو تر اوسه دا ځای نه دی چمتو سوی او ښایي چارې تر یو کال پورې وخت ونیسي. We are at the back of the Gurdwara Kartar Prawan in Kabul, and you can see this is the back side of the Gurdwara, and what they do here, they cremate sometimes people over here. Someone asked Paisa how they started doing cremation in the Gurdwara premises,
ਸਰ ਜੀ ਤੁਸੀਂ ਦੱਸੋ ਕਿ ਇੱਥੇ ਸੰਸਕਾਰਿਆ ਜਾਂਦਾ ਗੁਰੂ ਘਰ ਵਿਖੇ, ਇਹ ਕਿਸ ਤਰ੍ਹਾਂ ਸ਼ੁਰੂ ਹੋਇਆ ਅਤੇ ਕਿਉਂ? ਤੁਹਾਨੂੰ ਪਤਾ ਹੀ ਹੈ ਤੁਸੀਂ ਆਪ ਦੱਸਿਆ ਜੀ ਵਿਚਕਾਰ ਕਿ ਗੁਰਦੁਆਰੇ ਦਾ ਬੈਕ ਸਾਈਡ ਹੈ ਇੱਥੋਂ ਜੀ। ਇੱਥੇ ਲੜਾਈਆਂ ਦੇ ਸਮੇਂ ਦੇ ਵਿਚਕਾਰ 94 ਤੋਂ ਲੈ ਕੇ ਤਾਂ 1994 ਤੋਂ ਲੈ ਕੇ 98 ਤੱਕ ਹੀ ਪ੍ਰੋਬਲਮ ਸਿੱਖਾਂ ਨਾਲ ਬਹੁਤ ਹੋ ਗਈ। ਉਦੋਂ ਸ਼ਮਸ਼ਾਨਾਂ ਵੱਲ ਜਾ ਨਹੀਂ ਸਕਦੇ ਆਏ, ਉਸਦੇ ਕਾਰਨ ਇਹਨਾਂ ਨੇ ਇੱਥੇ ਛੋਟੀ ਜਿਹੀ ਜਗ੍ਹਾ ਬਣਾਈ ਕਿ ਤਾਂ ਕਿ ਸਾਡੀ ਮੁਸ਼ਕਿਲ ਹੱਲ ਹੋ ਸਕੇ। ਹੁਣ ਵੀ ਸਾਨੂੰ ਇਤਨੀ ਪ੍ਰੋਬਲਮ ਹੈ ਕਿ ਇੱਥੇ ਦੇਖ ਰਹੇ ਹੋ ਤੁਸੀਂ ਗੁਰਦੁਆਰੇ ਦੀ ਬੈਕ ਸਾਈਡ ਹੈ, ਇੱਥੇ ਦਾ ਲੰਗਰ ਹਾਲ ਹੈ, ਲੰਗਰਖਾਨੇ ਮੁਸਾਫਰਖਾਨੇ ਨੇ ਇੱਥੇ। ਇੱਥੇ ਵੀ ਸਾਨੂੰ ਕਈ ਦਫ਼ਾ ਪ੍ਰੋਬਲਮ ਹੋ ਜਾਂਦੀ ਬਾਹਰ ਸ਼ਮਸ਼ਾਨਾਂ ਤੋਂ, ਫਿਰ ਵੀ ਅਸੀਂ ਇੱਥੇ ਸੰਸਕਾਰ ਨੇ। ਇੱਥੋਂ ਦੀ ਵੀ ਪ੍ਰੋਬਲਮ ਇਤਨੀ ਜ਼ਿਆਦਾ ਹੈ ਕਿ ਪਹਿਲੇ ਸਾਡੇ ਘਰ ਜਿਹੜਾ ਆ ਸਾਡੇ ਸਿੱਖ ਭਰਾ ਪਾਈ ਜਾਂਦੇ ਆ, ਆਸ ਪਾਸ ਸਿੱਖ ਭਰਾ ਪਾਈ ਜਾਂਦੇ। ਉਹ ਹੁਣ ਉਸ ਕਾਰਨ ਵਿਕ ਗਏ ਨੇ, ਇੱਥੇ ਮੁਸਲਮਾਨ ਵੀ ਆ ਗਏ ਨੇ, ਉਹਨਾਂ ਦੇ ਕਾਰਨ ਉਹਨਾਂ ਨੂੰ ਵੀ ਕੋਈ ਨਾ ਕੋਈ ਦਿੱਕਤ ਆਉਂਦੀ ਹੈ। ਅਸੀਂ ਵੀ ਆਪਣਾ ਟਾਈਮ ਦੇ ਕੇ ਸ਼ਾਮ ਦਾ ਜਾਂ ਸਵੇਰ ਦਾ ਸੰਸਕਾਰ ਦਾ ਇੱਥੇ ਫਿਰ ਵੀ ਕਿਸੇ ਖੁਫੀਆ ਟਾਈਮ 'ਤੇ ਸੰਸਕਾਰ ਲੈਣੇ ਕਿ ਤਾਂ ਕਿ ਉਹਨਾਂ ਨਾਲ ਸਾਡਾ ਕੋਈ ਪੰਗਾ ਜਾਂ ਕੋਈ ਲੜਾਈ ਝਗੜਾ ਨਾ ਹੋ। ਛੁੱਪ ਕੇ ਬਸ ਆਪਣੇ ਗੁਜ਼ਾਰੇ ਦੇ ਮੁਤਾਬਕ ਆ। ਅੱਗੇ ਦੇਖਿਆ ਜਾਵੇ ਪ੍ਰੋਬਲਮਾਂ ਬਹੁਤ ਜ਼ਿਆਦਾ ਨੇ ਅਫਗਾਨਿਸਤਾਨ ਦੇ ਵਿਚਕਾਰ। ਮਤਲਬ ਤੁਸੀਂ ਦੇਖ ਰਹੇ ਹੋ ਕਿ ਜਿੱਥੇ ਇਨਸਾਨ ਨੂੰ ਮਰਨ ਅਤੇ ਜਨਮ ਦਾ ਵੀ ਹੱਕ ਨਹੀਂ ਹੈਗਾ ਕਹਿਣ ਦਾ ਪਾਓਗੇ, ਤੁਸੀਂ ਆਪਣਾ ਸੰਸਕਾਰ ਆਪਣਾ ਮਰਨਾ ਨਹੀਂ ਸੰਸਕਾਰ ਸਕਦੇ। ਬਸ ਉਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਮਰਨਾ ਅਤੇ ਜੰਮਣੇ ਦਾ ਪਾਣ ਕਹਿ ਰਹੇ ਹੋ, ਉਸ ਤਰ੍ਹਾਂ ਕਈ ਕਾਰਨ ਹੋਰ ਵੀ ਹੈਗੇ ਨੇ ਕਿ ਹੁਣ ਤੁਹਾਨੂੰ ਅਸੀਂ ਕੀ ਦੱਸੀਏ। ਸਾਰੀ ਦੁਨੀਆ ਨੂੰ ਹੀ ਪਤਾ ਹੈ ਫਿਲਨ ਵੀ ਹਾਲਾਤ ਠੀਕ ਨਹੀਂ ਨੇ, ਅੱਗੇ ਵੀ 2014 ਦੀ ਵੀ ਕੋਈ ਸੋਚ ਰਹੇ ਨੇ ਹਾਲਾਤ ਕਿ ਅਮਰੀਕੇ ਦੇ ਬਾਹਰ ਜਾਣ ਤੋਂ ਪਤਾ ਨਹੀਂ ਕੀ ਹੋਏਗਾ। ਸੋ ਇਹ ਜਗ੍ਹਾ ਹੈਗੀ ਸਤਸੰਗ ਜੀ ਜੋ ਬਣਾਏ ਗਏ ਸੀ ਅੱਜ ਤੋਂ ਕਿੰਨੇ ਸਾਲ ਪਹਿਲਾਂ ਟੈਂਪਰੇਰੀ ਸੰਸਕਾਰਨ ਲਈ, ਅਤੇ ਹੁਣ ਇੱਥੇ ਸੰਸਕਾਰ ਹੈ ਜਾਂਦਾ ਗੁਰੂ ਘਰ ਦੇ ਅੰਦਰ, ਪਿੱਛੇ ਲੰਗਰ ਹਾਲ, ਆਸ ਪਾਸ ਸਾਰੇ ਮੁਸਾਫਿਰ ਰਹਿੰਦੇ, ਗੈਸਟ ਹਾਊਸ ਹੈ। ਜੀ ਅਸੀਂ ਹੁਣ ਪਹੁੰਚ ਗਏ ਹਾਂ ਕਲਾਚਾ ਵਿਖੇ ਜੀ ਜੀ, ਅਤੇ ਇੱਥੇ ਹੁਣ ਕੀ ਸ਼ਮਸ਼ਾਨ ਭੂਮੀ ਹੈ? ਇੱਥੇ ਜੀ ਸ਼ਮਸ਼ਾਨ ਭੂਮੀ ਹੈ, ਇਸ ਟਾਈਮ 'ਚ ਅਸੀਂ ਸ਼ਮਸ਼ਾਨ ਦੇ ਘਰ ਖੜ੍ਹੇ ਹਾਂ। ਹਾਂਜੀ, ਕਾਬੁਲ ਅਫਗਾਨਿਸਤਾਨ ਦੀ, ਅਤੇ ਇਸ ਇਹ ਸ਼ਮਸ਼ਾਨ ਜਿਹੜੀ ਹੈ ਨਾ ਬਹੁਤ ਸਦੀਆਂ ਤੋਂ ਇੱਥੇ ਸੰਸਕਾਰ ਹਿੰਦੂ ਸਿੱਖਾਂ ਦੇ ਆਉਂਦੇ ਆ ਜੀ। ਅੱਜ ਕੱਲ੍ਹ ਅਸੀਂ ਇਸ ਦੇ ਵਿਚਕਾਰ ਥੋੜ੍ਹੀ ਜਿਹੀ ਤਕਲੀਫ ਦੇ ਵਿਚਕਾਰ ਨਹੀਂ ਤਾਂ ਬਹੁਤ ਤਕਲੀਫ ਦੇ ਵਿਚਕਾਰ ਹਾਂ, ਕਿਉਂਕਿ ਪਹਿਲੇ ਇਹ ਜਿਹੜੀ ਹੈ ਆਸ ਪਾਸ ਦੇ ਜਿਹੜੇ ਮਤਲਬ ਇਸ ਜਗ੍ਹਾ ਦੇ ਲੋਕ ਜਿਹੜੇ ਆ ਇਹਨਾਂ ਇਸ ਕਾਰਾਂ ਨਾ ਆਏ, ਸਿਰਫ ਸ਼ਮਸ਼ਾਨ ਆਈ। ਅੱਜ ਕੱਲ੍ਹ ਇਹਨਾਂ ਨੇ ਮਤਲਬ ਕਾਰ, ਤੁਸੀਂ ਦੇਖ ਰਹੇ ਹੋ ਕਿ ਇਹਨਾਂ ਨੇ ਕਾਰ ਪਾ ਦਿੱਤੇ ਨੇ ਇਸ ਜ਼ਮੀਨਾਂ ਦੇ ਉੱਤੇ, ਜਾਂ ਜ਼ਬਰਦਸਤੀ ਜਾਂ ਕਾਨੂੰਨੀ ਮਤਲਬ ਅਸੀਂ ਜੋ ਆ ਮਤਲਬ ਆਪਣਾ ਮਰਨਾ ਲੈ ਕੇ ਆਉਂਦੇ ਹਾਂ ਇੱਥੇ, ਬੜੀ ਤਕਲੀਫ ਦੇ ਨਾਲ ਇੱਥੇ ਪਹੁੰਚਦੇ ਹਾਂ। ਗੌਰਮੈਂਟ ਦੇ ਕਦੀ ਸਹਾਇਤਾ ਨਾਲ ਪਹੁੰਚਦੇ ਹਾਂ, ਕਦੀ ਪੁਲਿਸ ਦੀ ਸਹਾਇਤਾ ਨਾਲ ਪਹੁੰਚਦੇ ਹਾਂ, ਅਤੇ ਅੱਜ ਕੱਲ੍ਹ ਉਹਨਾਂ ਨੇ ਕਹਿੰਦੇ ਕਿ ਭਾਈ ਇਸ ਜਗ੍ਹਾ ਦੇ ਵਿਚਕਾਰ ਤੁਸੀਂ ਇਹ ਦੇਖ ਰਹੇ ਹੋ ਕਿ ਇਹ ਜਗ੍ਹਾ ਜਿਹੜੀ ਹੈ ਨਾ ਬਹੁਤ ਪੁਰਾਣੀ ਜਗ੍ਹਾ ਹੈ, ਉੱਥੇ ਮਤਲਬ ਜਿਸ ਟਾਈਮ ਦੇ ਵਿਚਕਾਰ ਸੰਸਕਾਰ ਹੁੰਦਾ ਹੈ, ਸੰਸਕਾਰ ਤੋਂ ਬਾਅਦ ਅਸੀਂ ਜਾਂਦੇ ਹਾਂ ਉੱਥੇ ਸੁਖਮਨੀ ਸਾਹਿਬ ਦਾ ਪਾਠ ਕਰਕੇ, ਅਤੇ ਫਿਰ ਉਸ ਤੋਂ ਬਾਅਦ ਅਸੀਂ ਜਾ ਕੇ ਅਤੇ ਪਾਣੀ ਦਾ ਪ੍ਰਸਾਦ ਗੁਰਦੁਆਰੇ ਦੇ ਵਿਚਕਾਰ ਕਰਾਉਂਦੇ ਸੀ। ਅਤੇ ਹੁਣ ਅੱਜ ਕੱਲ੍ਹ ਇੱਥੇ ਮੁਸ਼ਕਲਾਂ ਇਹ ਹੈ ਕਿ ਮਤਲਬ ਗੱਲ ਲੋਕ ਮਤਲਬ ਇੱਥੇ ਜਗ੍ਹਾ ਸਾਨੂੰ ਛੋੜਦੇ ਨਹੀਂ, ਸਾਨੂੰ ਕੋਈ ਹੋਰ ਜਗ੍ਹਾ ਵੀ ਇਹਨਾਂ ਨੇ
ਕੀ ਹੈ ਕਿ ਜਗ੍ਹਾ ਦਿੱਤੀ ਨੇ, ਮਗਰ ਉਹ ਜਗ੍ਹਾ ਦੇ ਵਿਚਕਾਰ ਵੀ ਤੁਸਾਂ ਨੇ ਟੀ ਵੀ ਦੇ ਵਿਚਕਾਰ ਵੀ ਦੇਖਿਆ ਹੋ ਸੀ, ਬੀ ਬੀ ਸੀ ਦੇ ਅਖਬਾਰ ਦੇ ਵਿਚਕਾਰ ਵੀ ਦੇਖਿਆ ਹੋ ਸੀ ਕਿ ਉਸ ਜਗ੍ਹਾ ਦੇ ਵਿਚਕਾਰ ਵੀ ਉਹਨਾਂ ਲੋਕਾਂ ਨੇ ਮਨੋਕਸ਼ਾ ਅਤੇ ਝਗੜੇ ਅਤੇ ਰਗੜੇ ਸ਼ੁਰੂ ਕਰ ਦਿੱਤੇ। ਮਤਲਬ ਕਿ ਪਹਿਲੇ ਇਸ ਕਲਾਚਾ ਇਸ ਏਰੀਏ ਦੇ ਆਸ ਪਾਸ ਆਬਾਦੀ ਨਹੀਂ ਆਈ, ਖਾਲੀ ਆਇਆ। ਬਿਲਕੁਲ ਜੀ, ਕੋਈ ਵੀ ਖਾਲੀ ਹੁਣ ਆਬਾਦੀ ਹੋ ਗਈ ਹੈ। ਹਾਲਾਂਕਿ ਇਹਨਾਂ ਨੂੰ ਪਤਾ ਵੀ ਆਇਆ ਕਿ ਇਹ ਜਿਹੜੀ ਹੈ ਨਾ ਸ਼ਮਸ਼ਾਨ ਹੈ, ਬਹੁਤ ਵੀ ਨਹੀਂ ਜਗ੍ਹਾ ਲੈ ਕੇ ਵੀ ਹੁਣ ਮਤਲਬ ਕਾਰ ਬਣਾਉਣ ਕੇ ਬਸ ਹੁਣ ਜ਼ਬਰਦਸਤੀ ਵੀ ਕਰਨੇ ਲੱਗੇ। ਜਦੋਂ ਮਰਨਾ ਆਉਂਦਾ ਵੇ ਇੱਥੇ ਤਾਂ ਵੱਟੇ ਅਤੇ ਲੈਣਾ ਅਤੇ ਦੇਣਾ ਅਤੇ ਸੁੱਟਣੇ ਅਤੇ ਝਗੜੇ ਅਤੇ ਰਗੜੇ ਅਤੇ ਮੁਸ਼ਕਲਾਂ ਬਹੁਤ ਹੈ। ਲੋਕਾਂ ਦੀ ਦਲੀਲ ਕੀ ਹੈ ਕਿ ਕਿਉਂ ਕਿਉਂ ਤੁਸੀਂ ਇੱਥੇ ਸੰਸਕਾਰ ਨਾ ਕਰੋ? ਲੋਕਾਂ ਦੀ ਦਲੀਲ ਇਹ ਵੇ ਕਿ ਭਾਈ ਇੱਥੇ ਮਤਲਬ ਚੁਣੇ ਆ ਇਸਲਾਮੀ ਮੁਲਕ ਹੈ, ਇੱਥੇ ਲੋਕ ਮਰਨੇ ਨੂੰ ਦੱਬ ਦੇ ਦਿੰਦੇ ਨੇ ਮਤਲਬ ਜ਼ਮੀਨ ਤਲੇ, ਅਤੇ ਇਹਨਾਂ ਨੂੰ ਇਹ ਕਹਿੰਦੇ ਕਿ ਭਾਈ ਇੱਥੇ ਮੁਸ਼ਕ ਆਉਂਦੀ ਹੈ ਅਤੇ ਇੱਥੇ ਮਤਲਬ ਅਸੀਂ ਨਹੀਂ ਛੋੜਨੇ, ਅਤੇ ਕੋਈ ਤਾਸੁਬ ਦੀਆਂ ਗੱਲਾਂ ਵੀ ਹੋ ਜਾਂਦੀਆਂ ਨੇ ਇੱਥੇ। ਲੋਕ ਜਿਹੜੇ ਹੈ ਨਾ ਬੜੇ ਪੜ੍ਹੇ ਲਿਖੇ ਲੋਕ ਨਹੀਂ ਕਿ ਜਿਹਨਾਂ ਨੂੰ ਇਹਨਾਂ ਨੂੰ ਸਮਝ ਹੋਵੇ। ਸਾਨੂੰ ਪਤਾ ਹੈ ਕਿ ਅਨਪੜ੍ਹੀ ਦੇ ਹੱਥੋਂ ਇੱਥੇ ਤਾਂ 20 ਸਾਲਾਂ ਦੀ ਲੜਾਈ ਇੱਥੇ ਹੀ ਪਈ ਚੱਲ ਰਹੀ ਹੈ, ਅਤੇ ਸਾਰੀ ਉੱਥੇ ਪੜ੍ਹੇ ਲਿਖੇ ਲੋਕ ਹੈ ਨਹੀਂ, ਬਸ ਉਹੀ ਤਾਸੁਬ ਦੇ ਮਾਰੇ ਲੋਕ ਹਨ ਕਿ ਜਿਹੜੇ ਇਸ ਗੱਲ ਨੂੰ ਕਰਦੇ ਨੇ, ਹਾਲਾਂਕਿ ਸਾਰੀ ਦੁਨੀਆ ਦੇ ਵਿਚਕਾਰ ਇਹ ਗੱਲ ਨਹੀਂ। ਸਿਆਣੇ ਪੜ੍ਹੇ ਲਿਖੇ ਲੋਕ ਚਲੇ ਗਏ, ਸਾਰੇ ਜਿਹੜੇ ਸਮਝਦਾਰ ਲੋਕ ਆ, ਜਿਹੜੇ ਵਿਦਵਾਨ ਲੋਕ ਆ, ਉਹ ਤਾਂ ਇਹਨਾਂ ਦੇ ਝਗੜਿਆਂ ਦੀ ਵਜ੍ਹਾ ਕਰਕੇ ਇਸ ਸ਼ਹਿਰ ਨੂੰ ਛੋੜ ਕੇ ਚਲੇ ਗਏ ਨੇ। ਇਹ ਲੋਕ ਤਾਂ ਪਹਿਲੇ ਵੀ ਪਹਾੜਾਂ ਦੇ ਵਿਚਕਾਰ 30 ਸਾਲ ਲੜਾਈ ਕੀਤੇ ਨੇ, ਉਹਨਾਂ ਦੇ ਵਿਚਕਾਰ ਕੀ ਨਿਕਲ ਸੀ ਕਿ ਅਸੀਂ ਉਹਨਾਂ ਦੇ ਕੋਲੋਂ ਬਾਰਾਮੰਦ ਹੋਈਏ, ਇਹ ਉਹਨਾਂ ਕੋਲੋਂ ਕੋਈ ਯੋਗ ਕੀ ਕਰੀਏ। ਅਤੇ ਇੱਥੇ ਸੰਸਕਾਰਿਆ ਜਾਂਦਾ ਜਗ੍ਹਾ ਵੇ ਸੰਸਕਾਰ ਦੀ, ਉਹ ਵੀ ਜਗ੍ਹਾ ਹੈ ਜੀ ਸੰਸਕਾਰ ਦੀ, ਇਹ ਬੜੀ ਸਦੀਓਂ ਬਹੁਤ ਪੁਰਾਣੀ ਜਗ੍ਹਾ ਹੈ ਇਹ ਜਗ੍ਹਾ। ਹਾਂਜੀ, ਸਾਰੀ ਜਗ੍ਹਾ ਦੇਖਦੇ ਹੋ ਕਿ ਉੱਥੇ ਲੱਕੜ ਦੀ ਜਗ੍ਹਾ ਹੈ, ਲੋਕਾਂ ਨੇ ਲੱਕੜ ਰੱਖਦੇ ਆ ਇੱਥੇ, ਅਤੇ ਫਿਰ ਅਗਰ ਕੋਈ ਮਰਨਾ ਆ ਜਾਂਦਾ ਹੈ ਤਾਂ ਫਿਰ ਲੱਕੜ ਦੀ ਮਤਲਬ ਤਕਲੀਫ ਨਾ ਹੁੰਦੀ, ਫਟਾਫਟ ਉੱਥੋਂ ਸੰਗਤ ਲੱਕੜ ਲਿਆ ਕੇ ਅਤੇ ਮਰ। ਨਾਜ਼ਰੀਨ ਜੀ ਆਇਆਂ ਨੂੰ, ਜਿਸਾ ਤੁਸੀਂ ਵੇਖਿਆ ਇਸ ਕਲਿੱਪ ਵਿਖੇ ਕਿ ਕਾਬੁਲ ਵਿਖੇ ਹਿੰਦੂ ਅਤੇ ਸਿੱਖ ਮਿਲ ਕੇ ਪ੍ਰੋਟੈਸਟ ਕਰ ਰਹੇ ਸੀ, ਅਤੇ ਇਹ ਜੋ ਕਲਿੱਪ ਸੀਗੀ ਫਾਰਸੀ ਸੀ, ਪਸ਼ਤੋ ਸੀ, ਅਤੇ ਇਹਦੇ ਬਾਰੇ ਅਸੀਂ ਮੇਰੇ ਜੋ ਐਕਸਪਰਟਸ ਗੈਸਟ ਹੈਗੇ ਇਹਨਾਂ ਨੂੰ ਮੈਂ ਕਹਾਂਗਾ ਪਲੀਜ਼ ਸਾਨੂੰ ਸੰਖੇਪ ਵਿੱਚ ਦੱਸੋ ਕਿ ਇਹਦੇ ਵਿੱਚ ਕੀ ਗਿਆ ਸੀਗਾ। ਪਹਿਲਾਂ ਤਾਂ ਮੈਂ ਡਾਕਟਰ ਕੱਕੜ ਜੀ ਨੂੰ ਕਹਾਂਗਾ, ਜੇ ਤੁਸੀਂ ਜੋ ਪਸ਼ਤੋ ਵਿੱਚ ਕਲਿੱਪ ਦੇਖੀ ਜੈਮਲ ਸਿੰਘ ਜੀ ਜੋ ਕਹਿ ਰਹੇ ਸਨ, ਉਹ ਕੀ ਕਹਿ ਰਹੇ ਸਨ ਭਾਈ ਸਾਹਿਬ ਜੀ? ਐਕਚੁਅਲੀ ਮੈਂ ਤੁਹਾਨੂੰ ਥੋੜ੍ਹੀ ਹਿਸਟਰੀ ਦੱਸਦਿਆਂ ਕਲਾਚਾ ਸ਼ਮਸ਼ਾਨ ਭੂਮੀ ਦੀ। ਜੀ, ਜਿਸ ਸਮੇਂ ਦੀਵਾਨ ਨਰਿੰਜਨ ਜੀ, ਜੋ ਅਮੀਰ ਅਬਦੁਰਰਹਿਮਾਨ ਖਾਨ ਅਤੇ ਅਮੀਰ ਅਮਾਨੁੱਲਾ ਖਾਨ ਅਤੇ ਅਮੀਰ ਅਬੀਬੁੱਲਾ ਖਾਨ ਦੌਰਾਨ ਦੇ ਵਿੱਚ ਵਿੱਤ ਮੰਤਰੀ ਅਫਗਾਨਿਸਤਾਨ ਦੇ ਸੀਗੇ, ਇਹਨਾਂ ਦੀ ਕਾਫੀ ਸਲਾਹਿਤ ਸੀਗੀ, ਉਹਨਾਂ ਨੇ ਉਸ ਟਾਈਮ ਇਹ ਜ਼ਮੀਨ ਲੈ ਕੇ ਅਫਗਾਨ ਹਿੰਦੂ ਸਿੱਖਾਂ ਨੂੰ ਉਹਨਾਂ ਦੀ ਰਜਿਸਟਰੀ ਉਹਨਾਂ ਨਾਂ 'ਤੇ ਕਰਵਾਈ ਸੀਗੀ। ਕਿਹੜੇ ਸਾਲ ਦੀ ਗੱਲ ਲਗਭਗ? ਇਹ ਕਰੀਬ ਕੋਈ 120 ਸਾਲ ਦੇ ਆਸ ਪਾਸ ਦੀ ਗੱਲ, 120 ਸਾਲ ਪੁਰਾਣੀ। ਹਾਂਜੀ, ਅਤੇ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਕ੍ਰਿਮੇਸ਼ਨ ਸਾੜੀਆਂ ਹੋਈਆਂ, ਜਿੰਨੇ ਵੀ ਹਿੰਦੂ ਸਿੱਖ ਕਾਬਲੇ ਗੁਜ਼ਰਦੇ ਸੀਗੇ, ਉਹ ਸਾਰੇ ਇਸੀ ਗਰਾਊਂਡ 'ਤੇ ਲਿਜਾ ਕੇ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਸੀ। ਅਤੇ ਇਨਸਾਨ ਜਦੋਂ ਜਨਮ ਲੈਂਦਾ, ਉਹ ਇੱਕ ਨਾ ਇੱਕ ਦਿਨ ਜਾ ਕੇ ਉਹਨੂੰ ਮਰਨਾ ਹੀ ਹੁੰਦਾ ਹੈ, ਅਤੇ ਜਦੋਂ ਉਹ ਪੀਸਫੁਲੀ ਜੀ ਨਹੀਂ ਸਕਦਾ, ਉਹਦੇ ਅੰਤਿਮ ਯਾਤਰਾ ਪੀਸਫੁਲੀ ਹੋਣੀ ਚਾਹੀਦੀ ਹੈ। ਬਹੁਤ ਦੁੱਖ ਦੀ ਗੱਲ ਹੈ ਜੋ ਅਫਗਾਨਿਸਤਾਨ ਦੇ ਵਿਚਕਾਰ ਸਾਡੇ ਲੋਕਾਂ ਨੂੰ ਇਸ ਤਰ੍ਹਾਂ ਤੰਗ ਕੀਤਾ ਜਾਂਦਾ ਹੈ, ਉਹਨਾਂ ਨੂੰ ਉਹਨਾਂ ਦੇ ਕ੍ਰਿਮੇਸ਼ਨ ਗਰਾਊਂਡ 'ਤੇ ਉਹਨਾਂ ਦਾ ਅੰਤਿਮ ਸੰਸਕਾਰ ਕਰਨ ਨਹੀਂ ਦਿੱਤਾ ਜਾਂਦਾ ਹੈ, ਜਿਸ ਤਰ੍ਹਾਂ ਜੈਮਲ ਸਿੰਘ ਜੀ ਆਪਣੀ ਭਾਸ਼ਾ 'ਚ ਬੋਲਦੇ ਨੇ, ਜਾਂ ਉਹਨਾਂ ਦੇ ਸਹਿਯੋਗੀ ਜਿਹੜੇ ਉਹਨਾਂ ਦੇ ਨਾਲ ਉਹਨੀ ਬੋਲਦੇ ਨੇ ਕਿ ਅਸੀਂ ਅਫਗਾਨਿਸਤਾਨ 'ਚ ਜੰਮਿਆ, ਇੱਥੇ ਪੈਦਾ ਹੋਏ ਹਾਂ, ਇੱਥੇ ਸਾਨੂੰ ਆਪਣੀ ਮਿਲਟਰੀ ਸਰਵਿਸ ਕੀਤੀ ਹੈ, ਅਤੇ ਇਸੀ ਮੁਲਕ ਦੇ ਵਿਚਕਾਰ ਸਾਨੂੰ ਸਾਰੇ ਜਿਹੜੇ ਸਾਡੇ ਹੱਕ ਹਕੂਕ ਹਨ ਸਾਨੂੰ ਮਿਲਣੇ ਚਾਹੀਦੇ ਹਨ, ਅਤੇ ਸਾਨੂੰ ਉਹੀ ਹਕੂਕ ਚਾਹੀਦੇ ਹੈ। ਉਹਨਾਂ ਦੇ ਇੱਕ ਸਹਿਯੋਗੀ ਜਿਹਨਾਂ ਦਾ ਨਾਮ ਮੈਨੂੰ ਪਤਾ ਨਹੀਂ ਹੈਗਾ, ਉਹਨੀ ਕਹਿੰਦੇ ਨੇ ਕਿ
ਅਸੀਂ ਇਸ ਮੁਲਕ 'ਚ ਪੈਦਾ ਹੋਏ, ਅਸੀਂ ਕਿਤੇ ਜਾਣਾ ਵੀ ਨਹੀਂ ਅਤੇ ਸਾਨੂੰ ਇੱਥੇ ਰਹਿਣਾ ਹੀ ਹੈ, ਲੇਕਿਨ ਸਾਨੂੰ ਸਾਰੇ ਹੱਕ ਹੁੱਕ ਚਾਹੀਦੇ ਆ, ਸਾਡਾ ਕ੍ਰਿਮੀਨਲ ਗਰਾਊਂਡ ਸਾਨੂੰ ਚਾਹੀਦਾ ਹੈ। ਅਤੇ ਬਾਕੀ ਮੈਂ ਜੀ ਆਂਡਾ ਸਾਹਿਬ ਨੂੰ ਅੱਗੇ ਧੰਨਵਾਦ ਜੀ, ਥੈਂਕ ਯੂ ਵੈਰੀ ਮਚ। ਤੁਸੀਂ ਜੋ ਸਾਨੂੰ ਤਾਰੀਖ ਬਾਰੇ, ਇਤਿਹਾਸ ਬਾਰੇ ਦੱਸਿਆ, ਇਹ ਜਨਮ ਭੂਮੀ ਜੋ ਕਲਾ ਚਾਹ ਦੀ ਹੈਗੀ। ਅਤੇ ਹੁਣ ਹਰਬੰਸ ਸਿੰਘ ਜੀ, ਤੁਸੀਂ ਦੱਸੋ ਜੀ, ਜੋ ਤੁਸੀਂ ਰਿਪੋਰਟ ਵੇਖੀ ਜਿਸ ਵਿੱਚ ਫਾਰਸੀ 'ਚ ਦਇਆ ਸਿੰਘ ਜੀ, ਅੰਜਨ ਜੀ ਕਹਿ ਰਹੇ ਸਨ ਅਤੇ ਨਾਰੋਂ ਦੇ ਹੋਰ ਸਾਥੀ ਕਹਿ ਰਹੇ ਸਨ, ਉਹਨੇ ਕੀ ਕਹਿ ਕੀ ਦੱਸ ਰਹੇ ਸਨ ਬਾਰੇ? ਜਿਸ ਤਰ੍ਹਾਂ ਪਸ਼ਤੋ ਵਿੱਚ ਅਤੇ ਦਰੀ ਵਿੱਚ ਅਸਾਂ ਨੇ ਸੁਣਿਆ ਜੀ, ਅਤੇ ਅਫਗਾਨਿਸਤਾਨ ਜਿਹੜੀ ਪ੍ਰੋਬਲਮ ਉਹਨਾਂ ਨੂੰ ਸਾਹਮਣਾ ਕਰਨਾ ਪਿਆ, ਅਤੇ ਇਹ ਪ੍ਰੋਬਲਮ ਨਾਲ ਸਾਹਮਣਾ ਕਰਨਾ ਪੈਂਦੀਆਂ ਹਨ। ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕ੍ਰਿਮੀਨੇਸ਼ਨ ਬਾਰੇ, ਜਿਹੜੀ ਸਾਡੀ ਸ਼ਮਸ਼ਾਨ ਭੂਮੀ ਹੈ ਉਸ ਦੇ ਬਾਰੇ ਦੱਸਿਆ ਕਿ ਸਾਡੀ ਜਿਹੜੀ ਜਗ੍ਹਾ ਹੈ 120 ਸਾਲ ਪੁਰਾਣੀ ਹੈ। ਜੇ ਇਸ ਤਰ੍ਹਾਂ ਸੋਚਿਆ ਜਾਵੇ ਕਿਸੇ ਵੀ ਕੰਟਰੀ ਵਿੱਚ ਜਾਂ ਕਿਸੇ ਵੀ ਮੁਲਕ ਵਿੱਚ ਜਾਂ ਖਾਸ ਕਰਕੇ ਅਫਗਾਨਿਸਤਾਨ ਵਿੱਚ, ਜਦ ਅਸੀਂ ਦੇਖਿਆ ਹੈ ਹਰ ਇੱਕ ਏਰੀਆ ਵਿੱਚ ਮੁਸਲਮਾਨ ਲੋਕਾਂ ਵਾਸਤੇ ਉਹਨਾਂ ਦੀ ਕਬਰਸਤਾਨ ਮੌਜੂਦ ਹੈ। ਸਾਰਿਆਂ ਦਾ ਹੱਕ ਬਣਦਾ ਹੈ ਕਾਨੂੰਨ ਮੁਤਾਬਕ ਕਿ ਉੱਥੇ ਇੱਕ ਕ੍ਰੇਮਟੋਰੀਅਮ ਯਾਨੀ ਸੰਸਕਾਰ ਦੀ ਜਗ੍ਹਾ ਹੋਵੇ, ਪਰ ਅਸੀਂ ਲੋਕ ਹਰ ਇੱਕ ਏਰੀਆ ਵਿੱਚ ਨਮੰਗਦੇ ਹਾਂ। ਜਿਹੜੀ ਸਾਡੀ ਪੁਰਾਣੀ ਜਗ੍ਹਾ ਹੈ ਉਸ ਵਿੱਚ ਵੀ ਜਦ ਸਾਨੂੰ ਆਜ਼ਾਦੀ ਦਿੱਤੀ ਨਾ ਜਾਂਦੀ ਹੈ, ਅਤੇ ਇਹ ਸਾਰਿਆਂ ਦਾ, ਜਿਸ ਤਰ੍ਹਾਂ ਮੁਸਲਮਾਨ ਕਹਿੰਦੇ ਹਨ ਕਿ ਜਿਹੜਾ ਸਾਡਾ ਹਦੀਰਾ ਹੈ ਜਾਂ ਸਾਡੀ ਕਬਰਸਤਾਨ ਹੈ ਜਿੱਥੇ ਸਾਡੇ ਪਿਓ ਪਿਓ ਦਾਦੇ ਪਰਦਾਦੇ ਦਫਨ ਹੋਏ ਹਨ, ਅਸੀਂ ਆਪਣਾ ਮਰਨਾ ਉੱਥੇ ਦਫਨ ਕਰਦੇ ਹਾਂ। ਜਿਸ ਤਰ੍ਹਾਂ ਦੇਖਿਆ ਜਾ ਰਿਹਾ ਯੂਰਪ ਵਿੱਚ ਵੀ, ਅਗਰ ਕੋਈ ਕਿਸੇ ਦੀ ਮਰ ਜਾਂਦਾ ਹੈ, ਡੈਟ ਹੋ ਜਾਂਦੀ ਹੈ ਮੁਸਲਮਾਨਾਂ ਵਿੱਚ ਜਾਂ ਅਮਰੀਕਾ ਵਿੱਚ ਜਾਂ ਕਿਧਰੇ, ਉਹਨੀ ਕੋਸ਼ਿਸ਼ ਕਰਦੇ ਹਨ ਕਿ ਆੜੇ ਮੁਲਕ ਹੀ ਲੈ ਜਾਉਣ ਜਿੱਥੇ ਉਹਨਾਂ ਦੇ ਪਿਓ ਪਿਓ ਦਾਦੇ ਦਫਨ ਹਨ, ਉੱਥੇ ਇਹਨੀ ਦਫਨ ਕਰਨ। ਸਾਡਾ ਵੀ ਹੱਕ ਬਣਦਾ ਹੈ ਜਿੱਥੇ ਸਾਡੇ ਦਾਦੇ ਪਰਦਾਦੇ ਪਿਓਆਂ ਦਾ ਸੰਸਕਾਰ ਹੋਇਆ ਹੈ, ਅਸੀਂ ਵੀ ਆਪਣੇ ਮਰਨੇ ਉੱਥੇ ਹੀ ਸੰਸਕਾਰ ਕਰੀਏ। ਅੱਜ ਸਾਡੀ ਗਿਣਤੀ ਠੀਕ ਹੈ ਕਿ ਅਫਗਾਨਿਸਤਾਨ ਵਿੱਚ ਘੱਟ ਹੈ, ਪਰ ਜਦ ਅਸੀਂ ਉੱਥੇ ਰਹਿੰਦੇ ਹਾਂ, ਗੌਰਮੈਂਟ ਨੂੰ ਮਾਲੀਆ ਦੇਣੇ ਹਾਂ, ਟੈਕਸ ਦੇਣੇ ਹਾਂ, ਅਸਕਰੀ ਕਰਨੇ ਹਾਂ, ਉਹਨਾਂ ਦੀ ਸਭ ਡਿਮਾਂਡ ਅਸੀਂ ਪੂਰੀ ਕਰਨੇ ਹਾਂ, ਫਿਰ ਸਾਡੀ ਜਿਹੜੀ ਜ਼ਰੂਰਤ ਹੈ, ਖਾਸ ਕਰਕੇ ਜਿਸ ਟਾਈਮ ਮਰਨਾ ਹੁੰਦਾ ਹੈ, ਮੌਤ ਹੈ ਕਟਲ ਸੱਚਾਈ ਹੈ ਅਤੇ ਇਨਸਾਨ ਨਾਲ ਲੱਗੀ ਹੈ, ਅਤੇ ਇਹ ਪੁੱਛ ਕੇ ਨਾ ਦੀ ਹੈ, ਇਹ ਕਿਸੇ ਟਾਈਪ ਵੀ ਇਹ ਹਾਦਸਾ ਵਾਪਰ ਸਕਦਾ ਹੈ ਅਤੇ ਸੰਸਕਾਰ ਦੀ ਜ਼ਰੂਰਤ ਪੈ ਸਕਦੀ ਹੈ। ਜਦ ਸਾਡੀ ਸੰਸਕਾਰ ਦੀ ਜਗ੍ਹਾ ਵੀ ਸਾਨੂੰ ਖੁੱਲ੍ਹ ਦਿੱਤੀ ਨਾ ਜਾਵੇ ਤਾਂ ਅਸੀਂ ਕੀ ਕਰੀਏ? ਅਸੀਂ ਅਫਗਾਨਿਸਤਾਨ ਦੀ ਗੌਰਮੈਂਟ ਕੋਲ ਇਹੀ ਰਿਕੁਐਸਟ ਕਰਨੇ ਹਾਂ, ਇਹੀ ਬੇਨਤੀ ਕਰਨੇ ਹਾਂ ਕਿ ਸਾਡਾ ਹਕੂਕ, ਜਿਸ ਤਰ੍ਹਾਂ ਸਾਡੇ ਵੀਰਾਂ ਨੇ ਦੱਸਿਆ, ਸਾਨੂੰ ਚਾਹੀਦਾ, ਸਾਨੂੰ ਜਿਹੜਾ ਆਪਣੀ ਸ਼ਮਸ਼ਾਨ ਭੂਮੀ ਹੈ ਕਿ ਸਾਡੀ ਉਹ ਹਿਸਟਰੀ ਕਰੀਬ ਕਰੀਬ 120 ਸਾਲ ਪੁਰਾਣੀ ਹੈ, ਉਹੀ ਸ਼ਮਸ਼ਾਨ ਭੂਮੀ ਸਾਨੂੰ ਚਾਹੀਦੀ ਹੈ। ਜੇ ਨਹੀਂ, ਜਿਸ ਏਰੀਆ ਵਿੱਚ, ਜਿਸ ਤਰ੍ਹਾਂ ਦੱਸਿਆ ਗਿਆ ਸਾਨੂੰ ਕਿ ਪੁਲਿਸ ਚਰਖੀ ਵਿੱਚ ਕੋਈ ਜਗ੍ਹਾ ਦਿੱਤੀ ਗਈ ਹੈ, ਅਤੇ ਪੁਲਿਸ ਚਰਖੀ ਵਿੱਚ ਜੇ ਸੋਚਿਆ ਜਾਵੇ, ਜਿਸ ਤਰ੍ਹਾਂ ਵੀਰਾਂ ਨੇ ਦੱਸਿਆ ਕਿ ਉੱਥੇ ਗੌਰਮੈਂਟ ਆਪ ਨਹੀਂ ਜਾ ਸਕਦੀ, ਤਾਂ ਅਸੀਂ ਵਿਚਾਰਾ ਲੋਕ ਕਿਸ ਤਰ੍ਹਾਂ ਜਾਈਏ? ਉਹ ਗੱਲ ਬਿਲਕੁਲ ਠੀਕ ਹੈ, ਗੌਰਮੈਂਟ ਇਹ ਚੀਜ਼ ਆਪਣੇ ਕੋਲ ਵੀ ਸੋਚੇ, ਜਦ ਉਹਨੀ ਆਪ ਉਸ ਜਗ੍ਹਾ 'ਤੇ ਨਹੀਂ ਜਾ ਸਕਦੇ ਤਾਂ ਅਸੀਂ ਕਿਸ ਤਰ੍ਹਾਂ ਜਾ ਸੀਏ? ਅਤੇ ਸਾਨੂੰ ਜਿਹੜੀ ਸਾਡੀ ਸ਼ਮਸ਼ਾਨ ਭੂਮੀ ਹੈ ਇਸ ਦੀ ਸਾਨੂੰ ਪੂਰੀ ਖੁੱਲ੍ਹ ਅਤੇ ਇਜਾਜ਼ਤ ਚਾਹੀਦੀ ਹੈ। ਠੀਕ ਹੈ, ਇਹ ਤਾਂ ਥੋੜ੍ਹਾ ਆਪਣੇ ਤਰਫੋਂ ਵਿਚਾਰ ਪ੍ਰਗਟ ਕੀਤੇ, ਮੈਂ ਗੱਲ ਥੋੜ੍ਹੀ ਸਹਿਮਤ ਹੀ ਹਾਂ ਕਿ ਕਿਉਂਕਿ ਸਾਡੀ ਆਪਣੀ ਜ਼ਮੀਨ ਹੈ, ਤੁਸੀਂ ਦੱਸਿਆ ਹਿੰਦੂ ਅਤੇ ਸਿੱਖਾਂ ਦੀ ਆਪਣੀ ਜ਼ਮੀਨ ਹੈ, ਖਰੀਦੀ ਹੋਈ 100 ਸਾਲ ਪੁਰਾਣੀ ਜ਼ਮੀਨ ਹੈ, ਪਰ ਲੇਕਿਨ ਤੁਸੀਂ ਸਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਆਸ ਪਾਸ ਜਿਹੜੇ ਲੋਕ ਬਣ ਗਏ, ਜਿਸਦਾ ਦੱਸਿਆ ਵੀਡੀਓ ਦੱਸਿਆ ਗਿਆ ਕਿ ਪਹਿਲਾਂ ਉਸ ਕ੍ਰਿਮੀਨਲ ਗਰਾਊਂਡ ਦੇ ਆਸ ਪਾਸ ਖਾਲੀ ਸੀਗੀ, ਆਬਾਦੀ ਨਹੀਂ ਸੀਗੀ, ਹੁਣ ਆਫਟਰ ਦਾ ਵੋ ਬੰਦੇ ਪਾਕਿਸਤਾਨ ਤੋਂ ਨਫੂਜ਼ ਆ ਰਹੀ ਹੈ ਜਾਂ ਈਰਾਨ ਤੋਂ ਵਾਪਸ ਜਿਹੜੇ ਮੁਹਾਜਰ ਆ ਰਹੇ ਹਨ, ਅਤੇ ਉਹ ਉਸ ਸ਼ਮਸ਼ਾਨ ਭੂਮੀ ਦੇ ਆਸ ਪਾਸ ਘਰ ਵਸਣ ਸ਼ੁਰੂ ਹੋ ਗਏ। ਜਿਸਾ ਕਿ ਮੈਂ ਆਪ ਖੁਦ ਮਹੀਨਾ ਪਹਿਲਾਂ ਗਿਆ ਸੀਗਾ ਅਫਗਾਨਿਸਤਾਨ, ਦੇਖਿਆ ਕਿ ਬਿਲਕੁਲ ਸ਼ਮਸ਼ਾਨ ਭੂਮੀ ਦੇ ਬਿਲਕੁਲ ਨਾਲ ਦੋ ਬਿਲਡਿੰਗ ਬਣ ਰਹੀਆਂ, ਇੱਕ ਆਲਰੇਡੀ ਬਣ ਚੁੱਕੀ ਹੈ ਅਤੇ ਦੂਜੀ ਬਣ ਗਈ ਹੈ, ਅਤੇ ਉਹ
ਸਰਦਾਰ ਪ੍ਰਿਤਪਾਲ ਸਿੰਘ ਪਾਲ ਜੀ ਉਹ ਸ਼ਹੀਦ ਹੋ ਗਏ ਸੀ ਅੱਜ ਤੋਂ ਕਿੰਨੇ ਮਹੀਨੇ ਪਹਿਲੇ। ਉਹਨਾਂ ਦੇ ਜੋ ਦੇਹ ਲੈ ਕੇ ਗਏ ਸੀ ਇਹਨਾਂ ਨੇ ਫਿਰ ਪੱਥਰ ਮਾਰੇ ਸੀਗੇ ਆਸ ਪੜੋਸ ਪੜੋਸੀਆਂ ਵਾਲਿਆਂ ਨੇ ਕਿ ਪੱਥਰ ਮਾਰੇ ਕਹਿੰਦੇ ਇੱਥੇ ਨਾ ਸੁਣੋ। ਉਹਨਾਂ ਦੀ ਦਿੱਲੀ ਲੈ ਕੇ ਇੱਥੇ ਹੁਣ ਤੁਸੀਂ ਸੰਸਕਾਰ ਦਿਓ, ਉਹਦੀ ਬਦਬੂ ਆਉਂਦੀ ਹੈ, ਸਾਨੂੰ ਬੁਰਾ ਲੱਗਦਾ। ਪਰ ਹੁਣ ਇਹ ਵੀ ਸਰਕਾਰ ਨੂੰ ਚਾਹੀਦਾ ਹੈ ਕਿ ਕੁਛ ਕੀਤਾ ਜਾਵੇ ਕਿ ਠੀਕ ਹੈ ਹੁਣ ਲੋਕ ਆ ਗਏ ਨੇ, ਜਾਂ ਤਾਂ ਪਹਿਲੇ ਉਹਨਾਂ ਨੂੰ ਇਜਾਜ਼ਤ ਦੇ ਦਿੰਦੀ ਕਿ ਤੁਸੀਂ ਘਰ ਇੱਥੇ ਨਹੀਂ ਬਣਾ ਸਕਦੇ ਕਿਉਂਕਿ ਇੱਥੇ ਆਲਰੇਡੀ ਪ੍ਰਾਈਵੇਟ ਜ਼ਮੀਨ ਹੈ, ਇੱਥੇ ਇਹ ਚੱਕਰ ਹੈਗੀ। ਹੁਣ ਜੋ ਘਰ ਬਣ ਗਏ ਅਤੇ ਇਸ ਬਾਰੇ ਸਾਨੂੰ ਨਹੀਂ, ਸਾਨੂੰ ਚਾਹੀਦਾ ਕਿ ਅਸੀਂ ਇੱਥੇ ਬੈਠ ਕੇ ਕੁਛ ਸਰਕਾਰ ਅਫਗਾਨਿਸਤਾਨ ਦੀ ਸਰਕਾਰ ਨਾਲ ਕੋਈ ਗੱਲਾਂ ਬਾਤਾਂ ਕਰੀਏ, ਕੋਈ ਨੈਗੋਸ਼ੀਏਟ ਕਰੀਏ ਅੰਬੈਸੀ ਨਾਲ ਮਿਲ ਕੇ ਕਿ ਅਸੀਂ ਇਸ ਮਾਮਲੇ ਨੂੰ ਕਿੱਦਾਂ ਹੱਲ ਕਰ ਸਕਦੇ ਹਾਂ। ਤੁਸੀਂ ਕੀ ਕਹਿੰਦੇ? ਇਸ ਦੀ ਕੋਈ ਪ੍ਰੋਪਰ ਸਟ੍ਰੈਟੇਜੀ ਬਣਾਉਣੀ ਚਾਹੀਦੀ ਹੈ। ਹਾਂਜੀ, ਕਿ ਗਰੁੱਪ ਬਣਾਏ ਜਾਣ ਕਮਿਊਨਿਟੀ ਦੇ। ਹਾਂਜੀ, ਉਹ ਗਰੁੱਪ ਜਾ ਕੇ ਇਸ ਮਸਲੇ ਨੂੰ ਇੰਟਰਨੈਸ਼ਨਲ ਲੈਵਲ 'ਤੇ, ਇਸ ਮਸਲੇ ਨੂੰ ਪਹਿਲੇ ਤਾਂ ਡਿਪਲੋਮੈਟਿਕ ਤੌਰ 'ਤੇ ਇਸ ਮਸਲੇ ਨੂੰ ਅੱਗੇ ਲੈ ਜਾਣ, ਤਾਂ ਕਿ ਇਹ ਲੋਕਾਂ ਹੀ ਪਤਾ ਚੱਲੇ ਕਿ ਅਫਗਾਨਿਸਤਾਨ ਵਿੱਚ ਜਿਹੜੇ ਹਿੰਦੂ ਸਿੱਖ ਰਹਿੰਦੇ ਜ਼ਿਆਦਾ ਨਹੀਂ ਹੈਗੇ ਨੇ, ਮੁਸ਼ਕਿਲ ਨਾਲ 500 ਫੈਮਿਲੀ ਸ਼ਾਇਦ ਹੋਵੇ। ਅਤੇ ਪਹਿਲੇ ਜਦੋਂ ਉੱਥੇ ਜ਼ਿਆਦਾ ਲੋਕ ਰਹਿੰਦੇ ਸੀ, ਜੋ 50,000 ਜਾਂ 60,000 ਲੋਕ ਸੀਗੇ, ਉਸ ਟਾਈਮ ਤਾਂ ਡੈਡ ਬੋਡੀਜ਼ ਵੀ ਮਹੀਨੇ 2-3 ਜਾਂ 4 ਹੁੰਦੀਆਂ ਸੀ। ਹੁਣ ਤਾਂ 2 ਮਹੀਨੇ 'ਚ ਇੱਕ ਬਾਡੀ ਜਾਂ 3-4 ਮਹੀਨੇ ਡੈਡ ਬਾਡੀ ਉੱਥੇ ਜਾਂਦੀ ਹੈ। ਮਤਲਬ ਵਾਤਾਵਰਣ ਨੂੰ ਖਰਾਬ ਕਰਨ ਵਾਲੀ ਗੱਲ ਹੈ ਨਹੀਂ, ਕਿਉਂਕਿ ਅਗਰ 3 ਮਹੀਨੇ 'ਚ ਇੱਕ ਬਾਡੀ ਚਲੀ ਗਈ ਉਹ ਕਿੰਨਾ ਖਰਾਬ ਕਰੇਗੀ। ਬਾਕੀ ਤੁਸੀਂ ਜਦੋਂ ਦੇਖੋ, ਅਸੀਂ ਜਦੋਂ ਕਾਬਲ ਰਹਿੰਦੇ ਸੀ, ਸਾਡੇ ਹਰ ਇੱਕ ਗਲੀ ਕੁਛੇ 'ਚ ਕਬਰਿਸਤਾਨਾਂ ਸੀਗੀਆਂ। ਉਸ ਟਾਈਮ ਕੋਈ ਬਾਦਰ ਨਹੀਂ ਕਰਦਾ ਸੀ, ਕੋਈ ਕਹਿੰਦਾ ਨਹੀਂ ਸੀ ਸਾਨੂੰ ਪੜੋਸ ਤੋਂ ਬਦਬੂ ਆ ਰਹੀ ਹੈ। ਅੱਜ ਜਦੋਂ 3-4 ਮਹੀਨੇ ਬਾਅਦ ਇੱਕ ਬੰਦਾ ਗੁਜ਼ਰ ਗਿਆ, ਉਹਦੀ ਬਾਡੀ ਗਈ ਸੰਸਕਾਰ ਵਾਸਤੇ, ਅਤੇ ਉੱਥੇ ਜਾ ਕੇ ਲੋਕਾਂ ਨੇ ਹੱਲਾ ਗੁੱਲਾ ਮਚਾ ਦਿੱਤਾ ਕਿ ਤੁਸੀਂ ਕਰ ਨਹੀਂ ਸਕਦੇ ਹੋ, ਇਹ ਕਹਿਣੇ ਦੀ ਬਾਨਾਜੋਈ ਵਾਲੀ ਗੱਲ ਹੈਗੀ। ਅਤੇ ਇਸ ਵਾਸਤੇ ਗੌਰਮੈਂਟ ਦੇ ਲੈਵਲ 'ਤੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ, ਜਿਸ ਤਰ੍ਹਾਂ ਇੱਥੇ ਅਫਗਾਨ ਐਮਬੈਸੀ ਹੈਗੀ, ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ, ਉਹਨਾਂ 'ਤੇ ਪ੍ਰੈਸ਼ਰ ਬਣਾਉਣਾ ਚਾਹੀਦਾ, ਜੋ ਸਾਡੇ ਲੋਕ ਜਿਹੜੇ ਹੈਗੇ ਅਗਰ ਉਹਨੀ ਉੱਥੇ ਨਹੀਂ ਕਰ ਸਕਦੇ, ਉਹਨਾਂ ਨੂੰ ਕਿਸੇ ਦੂਸਰੀ ਜਗ੍ਹਾ ਦੇ ਵਿਚਕਾਰ, ਜੋ ਸ਼ਹਿਰ ਦੇ ਵਿਚਕਾਰ, ਉੱਥੇ ਟਰਾਂਸਪੋਰਟ ਕਰਨਾ ਵੀ ਈਜ਼ੀ ਹੋਵੇ। ਬਾਕੀ ਕਾਫੀ ਪੁਲਿਸ ਰੱਖੀ ਜਿਹੜੇ ਏਰੀਆ ਹਾਂਡਾ ਸਾਹਿਬ ਨੇ ਕਾਬੁਲ ਤੋਂ ਬਾਹਰ, ਹਾਂਜੀ ਹਾਂਡਾ ਸਾਹਿਬ ਨੇ ਜ਼ਿਕਰ ਕੀਤਾ, ਉਸ ਉਹ ਏਰੀਆ ਕਾਫੀ ਦੂਰ ਹੈ ਕਾਬੁਲ ਤੋਂ, ਜਿੱਥੇ ਗੁਰਦੁਆਰੇ 'ਚੋਂ ਅਸੀਂ ਡੈਡ ਬਾਡੀ ਲੈ ਕੇ ਜਾਂਦੇ ਹਾਂ, ਉਹ ਕਾਫੀ ਦੂਰ ਏਰੀਆ ਹੈਗਾ। ਫਿਰ ਜਿਹੜੀ ਜ਼ਮੀਨ ਮਿਲੀ ਸੀਗੀ ਉਹ ਜ਼ਮੀਨ ਵੀ ਕਿਸੇ ਨਾ ਕਿਸੇ ਉਹਦੇ ਵਿਚਕਾਰ ਕੋਈ ਹੋਰ ਕੋਚੀ ਲੋਕ ਹੈਗੇ ਨੇ, ਉਹਨਾਂ ਨੇ ਕਿਹਾ ਜ਼ਮੀਨ ਸਾਡੀ ਹੈ, ਉਹ ਜ਼ਮੀਨ ਵੀ ਮਤਲਬ ਕੈਂਸਲ ਹੀ ਹੋ ਗਈ। ਹਾਂਜੀ, ਕਿਉਂ ਮੈਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਹੈ, ਕਿਉਂਕਿ ਮੈਂ ਜਦ ਕਾਬੁਲ ਗਿਆ ਸੀਗਾ ਮੈਨੂੰ ਦੱਸ ਰਹੇ ਸਨ ਕਿ ਉਹ ਜਿਹੜੀ ਜ਼ਮੀਨ ਮਿਲੀ ਹੈ ਪੁਲਚਰ ਦੇ ਕੋਲ, ਉੱਥੇ ਆਲਰੇਡੀ ਲੋਕਾਂ ਨੂੰ ਥਰੈਟ ਕਰਨ ਨਾਲ ਦੱਸਦਾ ਹੈ ਕਿ ਤੁਸੀਂ ਇੱਥੇ ਆ ਕੇ ਇਹ ਕੰਮ ਨਹੀਂ ਕਰ ਸਕਦੇ, ਭਾਵੇਂ ਸਰਕਾਰ ਕਹਿ ਰਹੀ ਹੈ ਅਸੀਂ ਤੁਹਾਨੂੰ ਇੱਥੇ ਦੇਵਾਂਗੇ, ਅਤੇ ਪੇਪਰ ਵਰਕ ਸ਼ੁਰੂ ਹੋਇਆ, ਮਤਲਬ ਪੂਰੀ ਤਰ੍ਹਾਂ ਮਿਲੀ ਨਹੀਂ ਹੈਗੀ। ਆਲਰੇਡੀ ਲੋਕ ਜਿਹੜੇ ਆਸ ਪਾਸ ਰੋਡ ਰਹਿੰਦੇ ਉਹਨਾਂ ਨੇ ਧਮਕੀਆਂ ਦੇਣੇ ਸ਼ੁਰੂ ਕਰ ਦਿੱਤੀਆਂ ਕਿ ਤੁਸੀਂ ਇੱਥੇ ਆ ਕੇ ਆਪਣਾ ਸੰਸਕਾਰ ਨਹੀਂ ਕਰ ਸਕਦੇ। ਬਿਲਕੁਲ, ਅਤੇ ਉਹ ਵੀ ਡਿਸਪਿਊਟ ਹੈਗਾ, ਭਾਵੇਂ ਇਸ ਜਗ੍ਹਾ ਦਾ ਜੋ ਕਲਾਚਾ ਜਿਹੜੀ ਆਪਣੀ ਜ਼ਮੀਨ 120 ਸਾਲ ਪੁਰਾਣੀ ਹੈ, ਇੱਥੇ ਡਿਸਪਿਊਟ ਤਾਂ ਹੀ ਹੈ, ਪਰ ਉੱਥੇ ਵੀ ਥਰੈਟ ਉਹਨਾਂ ਨੂੰ ਮਿਲ ਗਿਆ ਕਿ ਇੱਥੇ ਤੁਸੀਂ ਨਹੀਂ ਕਰ ਸਕਦੇ। ਪਰ ਅਸੀਂ ਇੱਥੇ ਬਾਹਰ ਬੈਠੇ ਜਿਹੜੇ ਹੈ ਅਫਗਾਨਿਸਤਾਨ ਦੇ ਸਿੱਖ ਅਤੇ ਹਿੰਦੂ ਜੋ ਬਾਹਰ ਬੈਠੇ ਹਾਂ, ਯੂਰੋਪ ਬੈਠੇ ਹਾਂ, ਅਮੈਰੀਕਾ ਬੈਠੇ ਹਾਂ, ਅਸੀਂ ਆਪਣੀ ਤਰਫੋਂ ਇਸ ਕੁਛ ਕਰ ਰਹੇ ਹਾਂ ਇਸ ਬਾਰੇ, ਤੁਸੀਂ ਕੀ ਕਹਿੰਦੇ? ਜਿਸ ਤਰ੍ਹਾਂ ਪ੍ਰਿਤਪਾਲ ਸਿੰਘ ਜੀ ਤੁਹਾਨੂੰ ਦੱਸਿਆ ਅਤੇ ਤੁਸੀਂ ਕਾਬੁਲ ਦੇਖ ਕੇ ਆਇਓ, ਕਲਾਚਾ ਨਜ਼ਦੀਕ ਕੋ ਦੇਖ ਕੇ ਆਇਓ ਜੀ, ਇਹ ਗੱਲ ਨਹੀਂ ਹੈ ਕਿ ਉੱਥੇ ਹੁਣ ਘਰ ਜ਼ਿਆਦਾ ਬਣ ਗਏ ਹਨ। ਜਿਸ ਟਾਈਮ ਅਸੀਂ ਵੀ ਅਫਗਾਨਿਸਤਾਨ ਹੀ ਰਹਿੰਦੇ ਆਏ, ਜਿਹੜੀ ਗਲੀਆਂ ਵਿੱਚੋਂ ਅਸੀਂ ਲੱਗਦੇ ਆਏ, ਸਾਰੇ ਘਰ ਉਸ ਟਾਈਮ ਵੀ ਮੌਜੂਦ ਆਏ। ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ, ਉਸ ਟਾਈਮ ਸਾਡੀ ਗਿਣਤੀ ਜ਼ਿਆਦਾ ਆਈ, ਇੱਕ ਦਿਨ ਜਾਂ ਇੱਕ ਦਿਨ ਬਾਅਦ ਜਾਂ 2 ਦਿਨ ਬਾਅਦ ਕੋਈ ਨਾ ਕੋਈ ਅਗਰ ਮਰਨਾ ਹੁੰਦਾ ਆ, ਅਸੀਂ ਸੰਸਕਾਰ ਵਾਸਤੇ ਲੈ ਜਾਂਦੇ ਆਏ, ਕੋਈ ਸਾਨੂੰ ਉਸ ਟਾਈਮ ਜਦ ਪ੍ਰੋਬਲਮ ਨਹੀਂ ਆਉਂਦੀ ਆਈ, ਜਦ ਡੇਲੀ ਸਾਡਾ ਇਹ ਕੰਮ ਸੀਗਾ। ਜਿਸ ਤਰ੍ਹਾਂ ਹੁਣ 500 ਫੈਮਿਲੀ ਸਾਡੇ 3,000-3,500 ਬੰਦਾ ਪੂਰੇ ਅਫਗਾਨਿਸਤਾਨ ਹੀ ਰਹਿ ਰਿਹਾ ਹੈ,
ਅਤੇ ਉਸ ਵਿੱਚ ਜੇ ਦੇਖਿਆ ਜਾਵੇ ਲਗਭਗ 1.5 ਜਾਂ 2 ਹਜ਼ਾਰ ਬੰਦਾ ਕਾਬੁਲ ਹੀ ਰਹਿ ਰਿਹਾ ਹੈ ਅਤੇ ਇਸ ਵਿੱਚ ਘੱਟ ਨਾ ਘੱਟ ਮਹੀਨੇ ਵਿੱਚ ਅਗਰ ਕੋਈ ਘੱਟ ਹੁੰਦੀ ਆ 2 ਮਹੀਨੇ ਜਾਂ 3 ਮਹੀਨੇ ਵਿੱਚ ਕੋਈ ਘੱਟ ਨਾ ਹੁੰਦੀ ਹੈ ਅਤੇ ਇਸ ਤਰ੍ਹਾਂ ਅਸੀਂ ਪ੍ਰੋਬਲਮਾਂ ਦਾ ਕਹਿੰਦੇ ਕਿ ਸਮੈਲ ਆਉਂਦੀ ਆ ਕੁਛ ਆਉਂਦੀ ਹੈ ਜੇ ਸੋਚਿਆ ਜਾਵੇ ਜਦ ਇਹਨਾਂ ਦੀ ਸਾਰੇ ਏਰੀਆ ਵਿੱਚ ਕਬਰਿਸਤਾਨ ਮੌਜੂਦ ਹੈ ਅਤੇ ਉਸ ਟਾਈਮ ਅਸੀਂ ਲੋਕ ਰਹਿੰਦੇ ਸੀ ਉਸ ਗਲੀਆਂ ਵਿੱਚ ਕਦੀ ਅਸਾਂ ਨੇ ਤਾਂ ਇਹ ਆਵਾਜ਼ ਨਹੀਂ ਉਠਾਈ ਕਿ ਇਹ ਕਬਰਿਸਤਾਨ ਸਾਡੇ ਘਰ ਦੇ ਪਾਸ ਨਾਲ ਏ ਅਤੇ ਇੱਥੋਂ ਸਾਨੂੰ ਮੁਸ਼ਕ ਲੱਗਦੀ ਹੈ ਕੋਈ ਚੀਜ਼ ਲੱਗਦੀ ਹੈ ਦਰਾਲ ਕਿ ਸਾਡੇ ਸਾਹਮਣੇ ਮੁਰਦਾ ਲਿਆ ਕੇ ਦਫਨ ਕਰਦੇ ਸੀ ਪਰ ਅਸੀਂ ਆਵਾਜ਼ ਕਦੀ ਵੀ ਨਹੀਂ ਉਠਾਈ ਅਤੇ ਆਲਰੇਡੀ ਇਹਨਾਂ ਦੀ ਕਬਰਿਸਤਾਨਾਂ ਜਿਸ ਏਰੀਆ ਵਿੱਚ ਮੌਜੂਦ ਹਨ ਉਹਨਾਂ ਦੇ ਆਸ ਪਾਸ ਸਾਰੇ ਰੈਜ਼ੀਡੈਂਟ ਏਰੀਆ ਅਤੇ ਸਾਰੇ ਘਰ ਮੌਜੂਦ ਹਨ ਜੇ ਸਾਡੇ 'ਤੇ ਆਵਾਜ਼ ਉਠਾਈ ਜਾਂਦੀ ਹੈ ਉਹਨਾਂ 'ਤੇ ਕਿਉਂ ਆਵਾਜ਼ ਨਹੀਂ ਉਠਾਈ ਜਾਂਦੀ ਹੈ ਅਤੇ ਜਿਸ ਤਰ੍ਹਾਂ ਕਲਾਚੇ ਦੀ ਜਗ੍ਹਾ ਹੈ ਸਾਡੀ ਅਤੇ ਉਸਦੀ ਅਗਰ ਵਾਲ 'ਤੇ ਤੁਸਾਂ ਨੇ ਵੀ ਨਜ਼ਰ ਮਾਰੀ ਹੋਈ ਪ੍ਰਤਾਪ ਸਿੰਘ ਜੀ ਜਿਹੜੀ ਉਹਨਾਂ ਦੀ ਵਾਲ ਹੈ ਦੀਵਾਲਾਂ ਜਿਹੜੀਆਂ ਬਣੀਆਂ ਨੇ ਉਹ ਘੱਟੋ ਘੱਟ 10 ਮੀਟਰ 15 ਮੀਟਰ ਦੀ ਉਚਾਈ 'ਤੇ ਬਣੀਆਂ ਨੇ ਉਹ ਇਸ ਤਰ੍ਹਾਂ ਦਾ ਕਵਰ ਕੀਤਾ ਗਿਆ ਹੈ ਕਿ ਉਹ ਵਾਲ 1 ਮੀਟਰ 1.5 ਮੀਟਰ 2 ਮੀਟਰ ਨਹੀਂ ਉਹ ਜਦ ਹੈ ਵੀ ਅਤੇ ਉਹ ਇੰਨੀ ਵੱਡੀ ਜਗ੍ਹਾ ਹੈ ਕਿ ਉੱਥੇ ਅਗਰ ਬੋਡੀ ਸੰਸਕਾਰ ਵੀ ਹੁੰਦੀ ਹੈ ਜਿਹੜਾ ਏਰੀਆ ਉੱਥੇ ਹੀ ਖਤਮ ਹੋ ਜਾਂਦੀ ਹੈ ਉਹ ਘਰ ਤੱਕ ਪਹੁੰਚ ਨਾ ਸਕਦੀ ਹੈ ਕਿ ਉਹ ਜਗ੍ਹਾ ਜਿਹੜੀ ਸਾਡੀ ਹੈ ਲਗਭਗ ਜਿਸ ਤਰ੍ਹਾਂ ਮੇਰੀ ਨਜ਼ਰ 'ਚ ਹੈ ਘੱਟ ਸੀ ਘੱਟ 3-4 ਜਰੀਵੇ ਜਦ ਸਾਡੀ ਜਗ੍ਹਾ ਹੈ ਅਤੇ ਉਸੇ 'ਤੇ ਇਹ ਉਹਨਾਂ ਨੂੰ ਪ੍ਰੋਬਲਮ ਨਹੀਂ ਆਉਂਦੀ ਫਿਰ ਇਹ ਪ੍ਰੋਬਲਮ ਕਿਸ ਤਰ੍ਹਾਂ ਕ੍ਰੀਏਟ ਕਰ ਦੇਣ ਅਸੀਂ ਕਹਿੰਦੇ ਹਾਂ ਜੇ ਸ਼ਮਸ਼ਾਨ ਭੂਮੀ ਵਾਸਤੇ ਗੌਰਮੈਂਟ ਕੋਲ ਪੂਰੀ ਸਲਾਹਿਤ ਮੌਜੂਦ ਹੈ ਜੇ ਸਾਨੂੰ ਪੁਲਚਰਖ ਵੀ ਜਗ੍ਹਾ ਦੇਵੇ ਅਤੇ ਅਸੀਂ ਆਪਣਾ ਮਰਨਾ ਲੈ ਕੇ ਪੁਲਚਰਖ ਤੱਕ ਜਾਈਏ ਸਾਨੂੰ ਟਾਈਮ ਵੀ ਜ਼ਿਆਦਾ ਲੱਗਦਾ ਹੈ ਉੱਥੇ ਵੀ ਕੋਚਿਆਂ ਦੀ ਪ੍ਰੋਬਲਮ ਸਾਨੂੰ ਆਉਣਾ ਪੈਂਦੀ ਹੈ ਗੌਰਮੈਂਟ ਕੋਲ ਸਭ ਫੈਸਿਲਿਟੀਆਂ ਮੌਜੂਦ ਹਨ ਸਾਨੂੰ ਇਸ ਤਰ੍ਹਾਂ ਸੂਟੇਬਲ ਏਰੀਆ ਦੇਵੇ ਜਿਸ ਤਰ੍ਹਾਂ ਸਾਡੇ ਲੋਕ ਟਾਈਮਨੀ ਵਿੱਚ ਰਹਿੰਦੇ ਨੇ ਜਾਂ ਘਰ 'ਤੇ ਪਰਵਾਨ ਰਹਿੰਦੇ ਨੇ ਜਾਂ ਗਿਣਤੀ ਸ਼ੋਰ ਬਾਜ਼ਾਰ ਹੀ ਰਹਿੰਦੇ ਨੇ ਇਹਨਾਂ ਨੂੰ ਇਸ ਤਰ੍ਹਾਂ ਹੋਵੇ ਕਿ 5 ਮਿੰਟਾਂ ਜਾਂ 10 ਮਿੰਟ ਦੇ ਅੰਦਰ ਅੰਦਰ ਅਸੀਂ ਪਹੁੰਚ ਸਕੀਏ ਅਫਗਾਨਿਸਤਾਨ ਦੀ ਹਾਲਤ ਦਾ ਕਾਬੁਲ ਦਾ ਕਦੇ ਵੀ ਪਤਾ ਨਹੀਂ ਚੱਲਦਾ ਕਿ ਕਿਹੜੇ ਟਾਈਮ ਕੀ ਹੋ ਸਕਦੀ ਹੈ ਜਦ ਇਸ ਤਰ੍ਹਾਂ ਦੀ ਦੂਰ ਜਗ੍ਹਾ ਸਾਨੂੰ ਦਿੱਤੀ ਜਾਵੇ ਅਤੇ ਮਰਨਾ ਸਾਡਾ 4 ਦਿਨ ਜਾਂ 5 ਦਿਨ ਘਰ ਹੀ ਰਹੇ ਫਿਰ ਸਾਡੀ ਆਜ਼ਾਦੀ ਤਾਂ ਹੈ ਨਹੀਂ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਇਹ ਲੱਗਿਆਂ ਕਿ ਇੱਕ ਮਸ਼ੀਨ ਜਿਹੜੀ ਸੰਸਕਾਰ ਦੀ ਹੈ ਜਿਸ ਤਰ੍ਹਾਂ ਅੱਜ ਕੱਲ੍ਹ ਲੇਟੈਸਟ ਚੀਜ਼ਾਂ ਚੱਲ ਰਹੀਆਂ ਅਤੇ ਅਸੀਂ ਕੋਸ਼ਿਸ਼ ਰਹਿ ਰਹੇ ਹਾਂ ਕਿ ਮਸ਼ੀਨ ਅਸੀਂ ਲੈ ਕੇ ਉੱਥੇ ਭੇਜੀਏ ਤਾਂ ਸੰਸਕਾਰ ਮਸ਼ੀਨ 'ਚ ਹੋਵੇ ਪਰ ਉਸ ਵਾਸਤੇ ਵੀ ਤਾਂ ਸਾਨੂੰ ਇੱਕ ਸੂਟੀਬਲ ਜਗ੍ਹਾ ਚਾਹੀਦੀ ਹੈ ਕਿ ਕੋਈ ਇਸ ਤਰ੍ਹਾਂ ਦੀ ਜਗ੍ਹਾ ਸਾਨੂੰ ਗੌਰਮੈਂਟ ਦੇਵੇ ਤਾਂ ਤਦ ਜਾ ਕੇ ਅਸੀਂ ਆਈਡੀ ਮਸ਼ੀਨ ਉੱਥੇ ਫਿਕਸ ਕਰੀਏ ਉੱਥੇ ਇਲੈਕਟ੍ਰਿਕ ਮੌਜੂਦ ਹੋਵੇ ਸਭ ਚੀਜ਼ ਮੌਜੂਦ ਹੋਵੇ ਤਦ ਸਾਡੇ ਮਰਨੇ ਸੰਸਕਾਰ ਹੋ ਸਕਣ ਜਦ ਉਹ ਜਗ੍ਹਾ ਵੀ ਸਾਡੇ ਕੋਲ ਨਾ ਹੋਵੇ ਤਾਂ ਫਿਰ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ ਅਤੇ ਨਾਲੇ ਮੈਂ ਉਹਨਾਂ ਵੀਰਾਂ ਕੋਲ ਜਿਹੜੇ ਇੰਡੀਆ ਵਿੱਚ ਰਹਿ ਰਹੇ ਨੇ ਬੇਨਤੀ ਇਹ ਕਰਨਾ ਕਿ ਉਹਨੇ ਜਾ ਕੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਨਾਲ ਮਿਲਣ ਆਮਿਦ ਅੰਸਾਰੀ ਜੋ ਇਸ ਟਾਈਮ ਵਾਈਸ ਪ੍ਰੈਜ਼ੀਡੈਂਟ ਹਨ ਉਸਨੂੰ ਪੂਰੀ ਕਾਬੁਲ ਦੀ ਇਨਫੋਰਮੇਸ਼ਨ ਹੈ ਦਾਸ ਉਹਨਾਂ ਨਾਲ ਜਾ ਕੇ ਕਈ ਵਾਰ ਮੀਟਿੰਗ ਕੀਤੀ ਹੈ ਜਿਸ ਟਾਈਮ ਉਹਨੇ ਰਾਜਦੂਤ ਸੀ ਕਾਬੁਲ 'ਚ ਉਹਨਾਂ ਨੂੰ ਪੂਰੇ ਅਫਗਾਨਿਸਤਾਨ ਦੀ ਇਨਫੋਰਮੇਸ਼ਨ ਹੈ ਆਵਾਜ਼ ਉਸ ਤੱਕ ਪਹੁੰਚਾਉਣ ਉਹਨਾਂ ਨੂੰ ਪੂਰੀ ਕਾਬੁਲ ਦੀ ਇਨਫੋਰਮੇਸ਼ਨ ਹੈ ਪੂਰੇ ਅਫਗਾਨਿਸਤਾਨ ਦੀ ਇਨਫੋਰਮੇਸ਼ਨ ਹੈ ਤਾਂ ਜਾ ਕੇ ਸਾਡਾ ਮਸਾਲਾ ਇੰਡੀਆ ਰਾਹੀਂ ਵੀ ਉਹਨੀ ਵੀ ਪ੍ਰੈਸ਼ਰ ਪਾਉਣ ਅਸੀਂ ਇੱਥੇ ਵੀ ਸੰਸਥਾਵਾਂ ਇਕੱਠੀਆਂ ਹੋ ਕੇ ਜਾ ਕੇ ਸਾਡੀ ਅੰਬੈਸੀਆਂ ਨਾਲ ਵੀ ਗੱਲ ਕਰ ਸੀਏ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਅਸੀਂ ਹਾਈ ਲੈਵਲ 'ਤੇ ਕੋਸ਼ਿਸ਼ ਕਰਨੀ ਆ ਕਿ ਆਪਣੀ ਗੱਲ ਪਹੁੰਚਾਈਏ ਜਿਹੜੇ ਸਾਡੇ ਇਸ ਟਾਈਮ ਐਮ ਪੀ ਨੇ ਕਾਬੁਲ 'ਚ ਅਤੇ ਲੇਡੀਜ਼ ਵੀ ਹੈ ਹਾਂਜੀ ਡਾਕਟਰ ਅਨਰਕਲੀ ਜੀ ਅਤੇ ਉਹਨਾਂ ਵਾਸਤੇ ਵੀ ਉਹਨਾਂ ਕੋਲ ਜਦ ਪਾਵਰ ਹੈ ਤੁਹਾਡਾ ਪਾਵਰ ਯੂਜ਼ ਕਰਨ ਉਹ ਜਾ ਕੇ ਗੌਰਮੈਂਟ ਨਾਲ ਗੱਲ ਕਰਨ ਅਤੇ ਬੈਠ ਕੇ ਇਸ ਚੀਜ਼ ਦਾ ਇੱਕ ਸਲੂਸ਼ਨ ਇੱਕ ਰਾਏ ਹੱਲ ਕਰਨ ਉਹ ਕਰ ਰਹੇ ਹਨ ਪਰ ਦੇਖੋ ਇੱਕ ਐਮ ਪੀ ਨਾਲ ਜਾਂ ਇੱਕ 2 MP ਨਾਲ ਗੱਲ ਨਹੀਂ ਬਣੀ ਅਤੇ ਸਭ ਤੋਂ ਫਸ਼ਾਰ ਪ੍ਰੈਸ਼ਰ ਪੈ ਸੀ ਤਾਂ ਹੀ ਜਾ ਕੇ ਤੁਸੀਂ ਕਰ ਸਕਦੇ ਹਾਂ ਪਰ ਜੇ ਤਾਂ ਤੁਸੀਂ ਗੱਲ ਕੀਤੀ ਇੱਕ ਕ੍ਰਿਮੇਸ਼ਨ ਮਸ਼ੀਨ ਦੀ ਜੋ ਸਾਨੂੰ ਇੱਥੇ ਮੌਜੂਦ ਫੈਸਿਲਿਟੀਜ਼ ਪੂਰੀ ਮੌਜੂਦ ਹਨ ਇੱਥੇ ਯੂਰਪ ਵਿਖੇ ਪਰ ਇਹ ਤਾਂ ਪੋਸੀਬਲ ਨਹੀਂ ਹੈਗਾ ਕਿ ਅਸੀਂ ਇੱਥੇ ਬੈਠ ਕੇ ਜਿਹੜੇ ਵੀਰ ਉਹਨਾਂ ਦੀ ਮਦਦ ਕਰੀਏ ਕ੍ਰਿਮੇਸ਼ਨ ਤੁਸੀਂ
ਮਸ਼ੀਨ ਲੈ ਕੇ ਦੇਈਏ, ਉਹ ਮਸ਼ੀਨ ਕਲਾਚਾ ਵੇਖੀ ਵੀ ਯੂਜ਼ ਕਰ ਸਕਦੇ ਹਾਂ ਅਸੀਂ? ਕੁਛ ਮਸ਼ੀਨਾਂ ਲੱਗੀਆਂ ਰੈਜ਼ੀਡੈਂਸ਼ੀਅਲ ਏਰੀਆ ਦੇ ਕਾਰਨ ਕੋਈ ਸਮੈਲ ਨਹੀਂ, ਕੁਛ ਨਹੀਂ ਹੈ, ਉਹ ਬੰਦ ਕਮਰੇ ਲੱਗ ਜਾਂਦੀ ਹੈ, ਉਹਦੇ ਕਾਰਨ ਅਸੀਂ ਆਪਣਾ ਜਾ ਕੇ ਅੰਤਿਮ ਸੰਸਕਾਰ ਕਰ ਸਕਦੇ ਹਾਂ। ਹੁਣ ਮੈਨੂੰ ਜੋ ਮੈਂ ਗਜ਼ਨੀ ਗਿਆ ਸੀ, ਗਜ਼ਨੀ ਵਿਖੇ ਕਈ ਲੋਕ ਨਾਖੁਸ਼ ਸਨ ਕਿ ਅੱਜ ਤੋਂ 6-7 ਸਾਲ ਪਹਿਲੇ ਕੋਈ ਯੂਰਪ ਤੋਂ ਕੋਈ ਟੀਮ ਗਈ ਸੀਗੀ ਤਾਂ ਉਹਨੇ ਵਾਅਦਾ ਕਰਕੇ ਆਇਆ ਸੀ ਅਸੀਂ ਉਹਨੂੰ ਕਨਵੈਸ਼ਨ ਮਸ਼ੀਨ ਦੇਵਾਂਗੇ, ਪਰ ਕਹਿੰਦੇ ਉਹ ਕਿਸੇ ਨੇ ਵਾਅਦਾ ਪੂਰਾ ਨਹੀਂ ਕੀਤਾ ਅਤੇ ਉਸ ਖਾਤਰ ਉਹ ਕਹਿੰਦੇ ਅਸੀਂ ਬਹੁਤ ਆਪਣੀ ਸੰਗਤਾਂ ਤੋਂ ਕਹਿੰਦੇ ਅਸੀਂ ਬੜੇ ਥੋੜ੍ਹੇ ਨਾਖੁਸ਼ ਹਾਂ ਕਿ ਤੁਸੀਂ ਸਾਡੀ ਕੁਛ ਮਦਦ ਨਹੀਂ ਕੀਤੀ ਸਾਡੀ। ਸਾਲ ਤੋਂ ਮਾਫ਼ ਕਰਿਆ, ਸਾਲ ਤੋਂ ਹੀ ਗੱਲਾਂ ਚੱਲ ਰਹੀਆਂ ਹਨ, ਪਿਛਲੇ 1-1.5 ਸਾਲ ਤੋਂ ਹੀ ਜਦੋਂ ਇਹ ਪ੍ਰੋਬਲਮ ਸ਼ੁਰੂ ਹੋਏ, ਕਾਫ਼ੀ ਲੋਕਾਂ ਨੇ ਵੈਬਸਾਈਟਾਂ 'ਤੇ ਪੋਸਟਿੰਗ ਕੀਤੀ ਕਿ ਅਸੀਂ ਲੱਗੇ ਹੋਏ ਹਾਂ ਜੋ ਕ੍ਰਿਮੇਸ਼ਨ ਮਸ਼ੀਨ ਜਿਹੜੀ ਹੈ ਜਿਹੜੀ ਇਲੈਕਟ੍ਰਿਕ ਮਸ਼ੀਨ ਹੈ ਉਹ ਲੈ ਕੇ ਅਫਗਾਨਿਸਤਾਨ ਭੇਜ ਦਿੱਤੀ ਜਾਵੇ, ਲੇਕਿਨ ਉਸਦੇ ਵਾਸਤੇ ਫੰਡਸ ਇਕੱਠੇ ਕਰਨ ਦਾ ਕੁਛ ਪ੍ਰੋਬਲਮ ਆਇਆ ਅਤੇ ਉਹਨਾਂ ਦੀ ਸਜੈਸ਼ਨ ਇਹ ਸੀਗੀ ਕਿ ਅਸੀਂ ਜੇ ਪ੍ਰੈਸ਼ਰ ਪਾਈਏ, ਜਿਸ ਤਰ੍ਹਾਂ ਅਸੀਂ ਲੰਡਨ ਵਿਖੇ ਰਹਿੰਦੇ ਹਾਂ ਜਾਂ ਜਰਮਨੀ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਨੀ ਉੱਥੇ ਪ੍ਰੈਸ਼ਰ ਪਾ ਕੇ, ਇਸ ਕਰਕੇ ਕਿ ਅੱਜ ਜਿਹੜੇ ਹਾਲਾਤ ਹਨ ਇਸ ਕੰਟਰੀਜ਼ ਦੇ ਜਿਹੜੇ ਕਿ ਆਰਮੀ ਉੱਥੇ ਹੈਗੀ, ਇਹਨਾਂ ਦੇ ਨਾਲ ਉਹਨਾਂ ਦੋਸਤਾਨਾ ਤਾਲੁਕਾਤ ਜ਼ਿਆਦਾ ਹੋਣ, ਇਹਨਾਂ ਕੋਲ ਅਸੀਂ ਰਿਕੁਐਸਟ ਕਰਕੇ ਇੱਥੋਂ ਮਸ਼ੀਨ ਇਹਨਾਂ 'ਤੇ ਲੈਵਾ ਕੇ ਭੇਜੀ ਜਾਵੇ ਤਾਂ ਉੱਥੇ ਮਸ਼ੀਨ ਲੱਗ ਜਾਵੇ ਅਤੇ ਇਹ ਜਿਹੜਾ ਪ੍ਰੋਬਲਮ ਹੈ ਇਸਦਾ ਮੇਨ ਸੋਲਿਊਸ਼ਨ ਜਿਹੜਾ ਇਸ ਟਾਈਮ ਇਹੀ ਹੋ ਸਕਦਾ, ਬਾਕੀ ਕਿੱਥੇ ਸਾਨੂੰ ਦੂਰ ਦੀ ਜ਼ਮੀਨ ਮਿਲ ਜਾਂਦੀ ਹੈ ਉਹ ਫਿਰ ਉਹੀ ਪ੍ਰੋਬਲਮ ਹੈ, ਉਹ ਹੋ ਹੀ ਨਹੀਂ ਸਕਦਾ, ਬਿਲਕੁਲ ਕੁਛ ਵੀ ਨਹੀਂ ਹੈ। ਅਤੇ ਅਗਰ ਇਹ ਚੀਜ਼ ਹੋ ਸਕਦੀ ਹੈ, ਕਾਫ਼ੀ ਅੱਛੀ ਗੱਲ ਹੈ, ਇਹੀ ਚੀਜ਼ ਹੋਣੀ ਚਾਹੀਦੀ ਹੈ, ਮਸ਼ੀਨ ਦਿੱਤੀ ਜਾਵੇ, ਕੋਸ਼ਿਸ਼ ਕੀਤੀ ਜਾਵੇ ਗੌਰਮੈਂਟ ਦੇ ਥਰੂ ਲਿੱਤੀ ਜਾਵੇ, ਅਗਰ ਨਹੀਂ ਹੋ ਸਕਦੀ ਹੈ ਫਿਰ ਦੇਖ ਕੇ ਕਮਿਊਨਿਟੀਜ਼ ਆਪਣੇ ਹਿਸਾਬ ਨਾਲ ਥੋੜ੍ਹਾ ਫੰਡ ਇਕੱਠਾ ਕਰਕੇ। ਦੇਖੋ ਕਮਿਊਨਿਟੀ ਸਟਰੋਂਗ ਹੈ, ਅਸੀਂ ਆਪਣੀ ਤਰਫੋਂ ਕਰ ਸਕਦੇ ਹਾਂ, ਕਿਉਂਕਿ ਉਸਦੀ ਤਕਰੀਬ ਮਸ਼ੀਨ ਦੀ ਕੋਈ ਲਾਗਤ ਕੋਈ ਜ਼ਿਆਦਾ ਨਹੀਂ, ਤਕਰੀਬਨ $60,000 ਦੇ ਆਸ ਪਾਸ, ਜੋ ਕਿ 43,000 pounds ਦੇ ਆਸ ਪਾਸ ਬਣ ਗਈ, ਅਤੇ ਸਾਡੀ ਇਤਨੀ ਆਬਾਦੀ ਬਾਹਰ ਰਹਿ ਰਹੇ ਹਾਂ ਅਤੇ ਅਸੀਂ ਆਪਣੇ ਭਰਾਵਾਂ ਵਾਸਤੇ ਭੈਣਾਂ ਵਾਸਤੇ ਇਤਨਾ ਤਾਂ ਕੁਛ ਕਰ ਸਕਦੇ ਹਾਂ, ਐਸੀ ਗੱਲ ਨਹੀਂ। ਅਸੀਂ ਆਲਰੇਡੀ ਉਪਰਾਲਾ ਕਰ ਚੁੱਕੇ ਹਾਂ, ਸਾਡੀ ਗੱਲ ਹੋ ਚੁੱਕੀ, ਅਸੀਂ ਕੋਟੇਸ਼ਨ ਲੈ ਚੁੱਕੇ ਹਾਂ, ਸਾਰੀ ਚੀਜ਼ਾਂ ਸਾਡੇ ਕੋਲ ਮੌਜੂਦ ਹਨ, ਮਸ਼ੀਨਾਂ ਦੀਆਂ ਫੋਟੋਆਂ ਸਾਡੇ ਕੋਲ ਆਲਰੇਡੀ ਮੌਜੂਦ ਹਨ, ਸਭ ਚੀਜ਼ ਅਸੀਂ ਅੱਗੇ ਕਦਮ ਚਾਹ ਚੁੱਕੇ ਹਾਂ। ਪਰ ਕਦਮ ਚਾਹਣਾ ਸਾਡਾ ਇਸ ਟਾਈਮ ਨਾਕਾਮ ਇਸ ਤੋਂ ਹੈ ਕਿ ਸਾਨੂੰ ਉੱਥੇ ਜਗ੍ਹਾ ਨਹੀਂ ਪਈ ਮਿਲਦੀ, ਜੇ ਉੱਥੇ ਇਹ ਕਲਾਚੇ ਵਾਲੀ ਜਗ੍ਹਾ ਸਾਨੂੰ ਕਨਫਰਮ ਕਰ ਦੇਣ ਅਤੇ ਉੱਥੇ ਇੱਕ ਸਿਕਿਉਰਟੀ ਲਗਾ ਦੇਣ, ਜਦ ਅਸੀਂ ਮਸ਼ੀਨ ਕੱਲ੍ਹ ਉੱਥੇ ਪਈ ਦੀ, ਪੈਸੇ ਵੀ ਅਸੀਂ ਖਰਚ ਕਰ ਲਈਏ 50-60,000 ਜਾਂ ਜਿੰਨਾ ਹੈ, ਕੋਈ ਗੱਲ ਨਹੀਂ, ਸੰਗਤ ਕੰਮ 'ਤੇ ਨੇ, ਪੈਸਾ ਹੋ ਜਾਂਦਾ, ਪੈਸਾ ਇਕੱਠਾ ਹੋ ਜਾਂਦਾ, ਫੰਡ ਇਕੱਠੀ ਹੋ ਜਾਂਦੀ, ਖਾਸ ਕਰਕੇ ਇਸ ਗੱਲ ਵਾਸਤੇ ਫੰਡ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ, ਪਰ ਫੰਡ ਅਸੀਂ ਇਕੱਠੀ ਕਰਕੇ ਮਸ਼ੀਨ ਵੀ ਲਗਾਈਏ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਗਜ਼ਨੀ ਵਿੱਚ ਇਹ ਪ੍ਰੋਬਲਮ ਆ ਰਹੀ ਹੈ, ਇਸ ਤਰ੍ਹਾਂ ਅਸੀਂ ਸੋਚੀਏ ਜਲਵਾ ਦੇ ਵੀ ਸਾਡੀ ਸੰਗਤ ਰਹਿ ਰਹੀ ਹੈ, ਉੱਥੇ ਵੀ ਇਹ ਪ੍ਰੋਬਲਮ ਆ ਰਹੀ ਹੈ, ਜਾਂ ਜਿੱਥੇ ਜਿੱਥੇ ਸਾਡੇ ਲੋਕ ਵਸਨੀਕ ਹਨ ਉਹਨਾਂ ਸਾਰਿਆਂ ਨੂੰ ਪ੍ਰੋਬਲਮ ਆ ਰਹੀ ਹੈ, ਜਦ ਅਸੀਂ ਮਸ਼ੀਨ ਇੱਥੋਂ ਭੇਜੀਏ ਅਤੇ ਉੱਥੇ ਜਗ੍ਹਾ ਨਾ ਹੋਵੇ, ਸਿਕਿਉਰਟੀ ਨਾ ਹੋਵੇ, ਅਤੇ ਕੱਲ੍ਹ ਨੂੰ ਮਸ਼ੀਨ ਵੀ ਜਿਹੜੀ ਅਸੀਂ ਭੇਜੀਏ ਉੱਥੋਂ ਰਾਤ ਨੂੰ ਕੋਈ ਆ ਕੇ ਉਠਾ ਕੇ ਚਲੇ ਜਾਵੇ, ਫਿਰ ਅਸੀਂ ਕੀ ਕਰੀਏ? ਪਹਿਲੇ ਸਾਨੂੰ ਉੱਥੇ ਛੋਟੀ ਚਾਹੀਦੀ ਹੈ, ਜਗ੍ਹਾ ਸਾਡੀ ਆਪਣੀ ਚਾਹੀਦੀ ਹੈ, ਜਾਇਦਾਦ ਸਾਡੀ ਆਪਣੀ ਚਾਹੀਦੀ ਹੈ, ਕਲਾਚ ਵਾਲੀ ਜਗ੍ਹਾ ਜੇ ਸਾਨੂੰ ਪੂਰਾ ਪਾਵਰਫੁੱਲ ਦਿੱਤੀ ਜਾਵੇ ਕਿ ਤੁਸੀਂ ਇੱਥੇ ਮਸ਼ੀਨ ਲਗਾਓ, ਅਸੀਂ ਰੈਡੀ ਹਾਂ ਕਿ ਪੂਰੀ ਹੈਲਪ ਕਰੀਏ ਅਤੇ ਉਹਨਾਂ ਨੂੰ ਮਸ਼ੀਨ ਭੇਜੀਏ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਸੋ ਦਰਸ਼ਕੋ, ਤੁਸੀਂ ਦੇਖ ਰਹੇ ਹੋ ਕਿ ਪ੍ਰੋਬਲਮਾਂ ਬੜੀਆਂ ਹਰ ਤਰਫੋਂ, ਹਰ ਪੱਖੋਂ, ਡਿਪਲੋਮੈਟਿਕਲੀ ਪ੍ਰੋਬਲਮ ਹੈ, ਸਿਕਿਉਰਿਟੀ ਤਰਫੋਂ ਪ੍ਰੋਬਲਮ ਹੈਗੀਆਂ ਇਸ ਮਸਲੇ ਨੂੰ ਹੱਲ ਕਰਨ ਲਈ। ਅਤੇ ਹੋਰ ਮੈਂ ਟੀ ਵੀ ਰਾਹੀਂ ਅਸੀਂ ਇਹ ਵੀ ਕਹਿ ਸਕਦੇ ਹਾਂ, ਜਿਹੜੀ ਸੰਸਥਾਵਾਂ ਜਿਹਦਾ ਕੋਈ ਇਨਫਲੂਐਂਸ ਹੈਗਾ ਵੈਸਟਰਨ ਗੌਰਮੈਂਟ 'ਤੇ, ਜੇ ਇਹ ਸਾਡੀ
ਅਫਗਾਨਿਸਤਾਨ ਦੇ ਹਿੰਦੂ ਅਤੇ ਸਿੱਖਾਂ ਦੀ ਕ੍ਰਿਮੇਸ਼ਨ ਦੀ ਪ੍ਰੋਬਲਮ ਜੋ ਕਿ ਸਾਡਾ ਫੰਡਾਮੈਂਟਲ ਰਾਈਟ ਹੈ, ਇਹਦੇ ਬਾਰੇ ਕੁਛ ਹੈਲਪ ਕਰ ਸਕਦੇ ਹਨ ਡਿਪਲੋਮੈਟਿਕਲੀ? ਸੋ ਪਲੀਜ਼ ਪਲੀਜ਼ ਹੈਲਪ ਅਸ ਐਂਡ ਆਪਣੇ ਸੁਝਾਅ ਭੇਜੋ ਜੇ ਤੁਸੀਂ ਵੀ ਕੁਛ ਮਦਦ ਕਰ ਸਕਦੇ ਹੋ, ਸਾਡਾ ਕੋਈ ਪਾਵਰ ਹੈਗੀ, ਸਾਡਾ ਇਨਫਲੂਐਂਸ ਹੈਗਾ, ਅਤੇ ਇਸਦੇ ਬਾਰੇ ਤੁਸੀਂ ਕੁਛ ਆਖਰ ਕੁਛ ਕਹਿਣਾ ਚਾਹੋਗੇ? ਜੀ ਬਿਲਕੁਲ ਜੀ, ਜਿਸ ਤਰ੍ਹਾਂ ਪਹਿਲੀ ਵੀ ਗੱਲ ਕੀਤੀ ਗਈ ਕਿ ਡਿਪਲੋਮੈਟਿਕ ਤੌਰ 'ਤੇ ਇਸ ਮਸਲੇ ਨੂੰ ਅੱਗੇ ਲਿਜਾਣਾ ਚਾਹੀਦਾ ਹੈ। ਬਾਕੀ ਹਿਊਮਨ ਰਾਈਟਸ ਔਰਗਨਾਈਜੇਸ਼ਨ ਹੈਗੀਆਂ, ਐਮਨੈਸਟੀ ਇੰਟਰਨੈਸ਼ਨਲ ਹੈਗੀ, ਉਹਨਾਂ ਨੂੰ ਅਪਰੋਚ ਕਰਨਾ ਚਾਹੀਦਾ ਹੈ, ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਅਫਗਾਨ ਐਮਬੈਸੀ ਨਾਲ, ਇੰਡੀਅਨ ਐਮਬੈਸੀ ਨਾਲ, ਪੂਰਿਆਂ ਨਾਲ ਜਾ ਗੱਲ ਕਰਨੀ ਚਾਹੀਦੀ ਹੈ। ਆਪਣੇ ਵੈਬਸਾਈਟਾਂ 'ਤੇ ਅਸੀਂ ਪੋਸਟਿੰਗ ਹਮੇਸ਼ਾ ਕਰਦੇ ਰਹੀਏ ਜੋ ਇਹ ਮਸਲਾ ਸਾਡਾ ਹਰ ਕੋਈ ਦੇਖ ਸਕੇ, ਹਰ ਕੋਈ ਪੜ੍ਹ ਸਕੇ, ਸਾਡੀ ਕੀ ਪ੍ਰੋਬਲਮ ਹੈ। ਸਾਡੀ ਬਹੁਤ ਛੋਟੀ ਜਿਹੀ ਮਿਨੋਰਿਟੀ ਕਵਰ ਰਹਿ ਗਈ, ਸਾਡੇ ਭਰਾ ਹੈਗੇ ਨੇ, ਜੇ ਅਸੀਂ ਇਸ ਟਾਈਮ ਉਹਨਾਂ ਨਾਲ ਮਦਦ ਨਹੀਂ ਕਰਨੇ ਆ, ਅਸੀਂ ਕੁਛ ਵੀ ਨਹੀਂ ਕਰਨੇ ਆ। ਸਾਨੂੰ ਚਾਹੀਦਾ ਹੈ ਕਿ ਉਹ ਆਪਣੇ 300-400 ਪਰਿਵਾਰ ਜਿਹੜੇ ਹਨ ਉਹਨਾਂ ਦਿਲ ਖੋਲ੍ਹ ਕੇ, ਚਾਹੇ ਕਿਸੇ ਵੀ ਤਰੀਕੇ ਨਾਲ, ਚਾਹੇ ਫੰਡਸ ਦੇ ਹਿਸਾਬ ਦੇ ਨਾਲ, ਚਾਹੇ ਆਪਣੇ ਆਪਣੇ ਕਲਮ ਦੇ ਨਾਲ, ਕਿਸੇ ਵੀ ਤਰੀਕੇ ਉਹਨਾਂ ਦੀ ਕੋਮੁਖ ਕਰਦੇ ਰਹੀਏ। ਮੇਰੀ ਸਾਰਿਆਂ ਕੋਲ ਇਹਦੀ ਰਿਕੁਐਸਟ ਹੈ ਜੋ ਜਿਸ ਦਾ ਜੋ ਕੁਛ ਕਰ ਸਕਦੇ, ਜਿਸ ਤਰੀਕੇ ਨਾਲ ਕਰ ਸਕਦੇ, ਇਹ ਕੰਮ ਨੂੰ ਅੱਗੇ ਲਿਜਾ ਕੇ ਇਹ ਜਿਹੜੀ ਪ੍ਰੋਬਲਮ ਸਾਡੇ ਲੋਕਾਂ 'ਚ ਪੈਦਾ ਹੋਈ, ਇਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂ। ਡਾਕਟਰ ਰਾਮਨਾਥ ਜੀ, ਮੈਨੀ ਥੈਂਕਸ ਤੁਸੀਂ ਜੋ ਇੱਥੇ ਆਏ, ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਡਾਕਟਰ ਹਾਣਾ ਸਾਹਿਬ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਥੈਂਕ ਯੂ ਤੁਸੀਂ ਆਏ। ਉਮੀਦ ਹੈ, ਆਸ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਰਾਹੀਂ ਸਾਰੀ ਦੁਨੀਆ ਨੂੰ ਵੀ ਪਤਾ ਲੱਗ ਸਕਦਾ ਹੈ ਕਿ ਸਾਡੀ ਅਫਗਾਨਿਸਤਾਨ ਦੇ ਸਿੱਖਾਂ ਦੀ ਮੁਸ਼ਕਲਾਂ ਤਾਂ ਪ੍ਰੋਬਲਮ ਕੀ ਹੈਗੀਆਂ, ਬੜੀ ਪ੍ਰੋਬਲਮ। ਅਸੀਂ ਸਿਰਫ ਅੱਜ ਇੱਕ ਪ੍ਰੋਬਲਮ ਪੇਸ਼ ਲੈ ਕੇ ਆਏ ਹਾਂ, ਅਤੇ ਉਮੀਦ ਹੈ ਤੁਹਾਨੂੰ ਅੱਗੇ ਵੀ ਜਾਣੂ ਕਰਾਵਾਂਗੇ। ਪਲੱਸ ਪਲੀਜ਼ ਅਗੇਨ, ਜੇ ਤੁਹਾਡਾ ਕੋਈ ਇਨਫਲੂਐਂਸ ਹੈਗਾ, ਕੋਈ ਰਿਸ਼ਤਾ ਨਾਤਾ ਹੈਗਾ ਕਿਸੇ ਸੰਸਥਾ ਨਾਲ, ਜਿਵੇਂ ਭਾਈ ਸਾਹਿਬ ਦੱਸਿਆ ਐਮਨੈਸਟੀ ਇੰਟਰਨੈਸ਼ਨਲ ਹੋ ਗਈ, ਜਾਂ ਹੋਰ ਵੀ ਕੋਈ ਹਿਊਮਨ ਰਾਈਟਸ ਔਰਗਨਾਈਜੇਸ਼ਨ ਹੈਗੀਆਂ, ਪਲੀਜ਼ ਹੈਲਪ ਅਸ ਸੋ ਦਿਸ ਪ੍ਰੋਬਲਮ ਕੈਨ ਬੀ ਰਿਜ਼ੋਲਵਡ ਇਨ ਅਫਗਾਨਿਸਤਾਨ। ਦਰਸ਼ਕੋ, ਤੁਹਾਨੂੰ ਦੱਸਦਾ ਚਾਹੀਏ ਕਿ ਕੱਲ੍ਹ ਰਾਤ ਨੂੰ ਹੀ UK ਤੋਂ ਇੱਕ ਨੌਜਵਾਨ ਅਜਮੀਤ ਸਿੰਘ ਨੂੰ ਅਫਗਾਨਿਸਤਾਨ ਡੀਪੋਰਟ ਕੀਤਾ ਗਿਆ, ਜੋ ਹੁਣ ਫਿਲਹਾਲ ਕਾਬੁਲ ਵਿਖੇ ਕਸਟਡੀ 'ਚ ਹੈਗਾ। ਅਤੇ ਇਹ ਵੀ ਦੇਖੋ, ਤੁਸੀਂ ਦੇਖ ਰਹੇ ਹੋ ਕਿ ਹਾਲੇ ਫਰਾਈਡੇ ਨੂੰ ਇੱਕ ਘਟਨਾ ਵਾਪਰੀ ਕਿ ਸਾਨੂੰ ਇੱਕ ਬੀਬੀ ਨੂੰ ਦਫਨਾਉਣ ਦੀ ਜਾਂ ਉਹਦੀ ਕ੍ਰਿਮੇਸ਼ਨ ਦੀ ਜਾਂ ਉਹਨੂੰ ਜਲਾਉਣ ਦੀ ਪ੍ਰੋਬਲਮ ਹੈਗੀ, ਅਤੇ ਦੋ ਦਿਨਾਂ ਬਾਅਦ ਇੱਕ ਬੰਦੇ ਨੂੰ ਇੱਥੋਂ ਡਿਪੋਰਟ ਕੀਤਾ ਜਾਂਦਾ। ਉਹਨੀ ਕਹਿੰਦੇ ਅਫਗਾਨਿਸਤਾਨ ਸੇਫ ਹੈ, ਮਹਿਫੂਜ਼ ਹੈ, ਸਾਡੀ ਫੋਰਸਿਸ ਹੈਗੀਆਂ, ਯੂ ਕੈਨ ਗੋ। ਸੋ ਦਿਸ ਇਜ਼ ਆਲਸੋ ਇਨਕਰੈਕਟ। ਸੋ ਡਾਕਟਰ ਸਾਹਿਬ, ਤੁਸੀਂ ਦੱਸੋ, ਹਾਣਾ ਜੀ, ਤੁਸੀਂ ਦੱਸੋ ਇਹਦੇ ਬਾਰੇ। ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਅੱਜ ਤੋਂ 2-4 ਦਿਨ ਪਹਿਲੇ ਹੀ, ਕਿੱਥੇ ਇੱਕ ਬੰਦੇ ਨੂੰ, ਜਿਸਦਾ ਨਾਂ ਹੈ ਸਰਦਾਰ ਅਜਮੀਤ ਸਿੰਘ, ਉਸਨੂੰ ਬਿਠਾਇਆ ਅਤੇ ਵਾਪਸ ਡਿਪੋਰਟ ਕਰ ਰਹੇ ਹਨ। ਦਸ ਨੇ ਕਈ ਵਾਰ ਸੋਲੀਸੀਟਰ ਨਾਲ ਫੋਨ 'ਤੇ ਗੱਲ ਕੀਤੀ, ਪਰ ਦੇਖਿਆ ਜਾਵੇ ਸਾਡੇ ਲੋਕਾਂ ਨੂੰ ਇਤਨੀ ਪ੍ਰੋਬਲਮਾਂ ਦਾ ਅਫਗਾਨਿਸਤਾਨ ਵਿੱਚ ਸਾਹਮਣਾ ਕਰਨਾ ਪੈਂਦਾ ਹੈ। ਅਤੇ ਜਿਹੜੀ ਨਵੀਂ ਨਿਊਜ਼ ਆਈ ਹੈ ਕਿ ਜਦ ਸਾਡੇ ਮਰਨੇ ਦੇ ਸੰਸਕਾਰ ਵਾਸਤੇ ਸਾਡੇ ਕੋਲ ਜਗ੍ਹਾ ਨਹੀਂ, ਇਹ ਬੜੀ ਅਫਸੋਸ ਦੀ ਗੱਲ ਹੈ ਕਿ ਸਾਡੇ ਵੀਰਾਂ ਨੂੰ ਜਾਂ ਭੈਣਾਂ ਨੂੰ ਇੱਥੋਂ ਡਿਪੋਰਟ ਕੀਤਾ ਜਾਂਦਾ ਹੈ। ਇਹ ਸਾਡੇ ਵੱਡੀ ਬਹੁਤ ਵੱਡੀ ਪ੍ਰੋਬਲਮ ਹੈ। ਇਹ ਉਹਨੇ ਇਹ ਉੱਥੇ ਜਾ ਕੇ ਕਰਨ ਕੀ, ਜ਼ਿੰਦਗੀ ਉੱਥੇ ਇਤਨੀ ਜ਼ੀਕ ਹੋ ਚੁੱਕੀ ਹੈ ਕਿ ਆਜ਼ਸੀ ਜ਼ਿਆਦਾ ਹੈ। ਜਿਸ ਟਾਈਮ ਇੱਥੋਂ ਜਾਂਦੇ ਹਨ ਅਫਗਾਨਿਸਤਾਨ ਵਿੱਚ, ਪਹਿਲੇ ਉਹਨਾਂ ਨੂੰ ਕਸਟਡੀ ਵੀ ਰੱਖਦੇ ਹਨ, ਬਾਅਦ ਵਿੱਚ ਉਹ ਇੱਧਰ ਉੱਧਰ ਹੋ ਕੇ ਹਫ਼ਤੇ ਅਗਰ ਬਾਹਰ ਵੀ ਕੱਢਦੇ ਹਨ, ਅਤੇ ਕੱਲ੍ਹ ਨੂੰ ਅਗਰ ਇਸ ਤਰ੍ਹਾਂ ਦਾ ਵਾਦਿਸਾ ਵਾਹਿਗੁਰੂ ਨਾ ਕਰੇ ਕਿਸ ਨਾਲ ਵੀ ਵਾਪਰ ਸਕਦਾ ਹੈ, ਅਤੇ ਜੇ ਮੌਤ ਹੋ ਜਾਵੇ ਤਾਂ ਉਸ ਵਾਸਤੇ ਸੰਸਕਾਰ ਦੀ ਜਗ੍ਹਾ ਵੀ ਨਾ ਹੋਵੇ। ਸੰਸਕਾਰ ਦੀ ਜਗ੍ਹਾ ਸਾਨੂੰ ਸਭ ਤੋਂ ਜ਼ਰੂਰੀ ਹੈ। ਜਦ ਸਾਡੀ ਸੰਸਕਾਰ ਦੀ ਜਗ੍ਹਾ ਨਹੀਂ, ਫਿਰ ਉਸ ਕੰਟਰੀ ਵਿੱਚ ਸਾਡੇ ਬੰਦੇ ਨੂੰ ਡਿਪੋਰਟ ਕਰਨ ਦਾ ਕੀ ਮਤਲਬ ਨਿਕਲਦਾ? ਇਹ ਤਾਂ ਬਿਲਕੁਲ ਗਲਤ ਨਾ ਬੰਦੇ ਨੂੰ ਡਿਪੋਰਟ ਕਰਨਾ, ਕਿਉਂਕਿ ਸਭ ਨੂੰ ਪਤਾ ਕੀ ਪ੍ਰੋਬਲਮ ਹੈਗੀ, ਲੜਾਈ ਚੱਲ ਰਹੀ ਹੈ ਅਤੇ ਨਾਲ ਦੀ ਸੰਸਕਾਰ ਦੀ ਪ੍ਰੋਬਲਮ ਵੀ ਹੈਗੀ। ਬਿਲਕੁਲ ਜੀ, ਅੱਜ ਦੀ ਸ਼ਰਾਇਤ ਨੂੰ ਦੇਖਦੇ ਹੋਏ ਸਾਨੂੰ ਪੂਰੀ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ। ਅਸੀਂ ਹੋਮ ਆਫਿਸ ਤੱਕ ਜਾ ਕਰਕੇ ਪਹਿਲੇ ਗਏ ਹਾਂ, ਪਹਿਲੇ ਉਹਨਾਂ ਨਾਲ ਜਾ ਕੇ ਗੱਲਬਾਤ ਹੋਈ ਹੈ, ਲੇਕਿਨ ਇਸ ਮਸਲੇ ਨੂੰ ਹੋਰ ਵੀ ਥੋੜ੍ਹਾ ਜ਼ਿਆਦਾ ਰੋਸ਼ਨ ਕਰਕੇ
ਉਹਨਾਂ ਦੇ ਅੱਗੇ ਰੱਖਣਾ ਚਾਹੀਦਾ ਹੈ ਕਿ ਜਿਸ ਕੰਟਰੀ ਦੇ ਵਿਚਕਾਰ ਸਾਡਾ ਫਾਈਨਲ ਰਾਈਟਸ ਜਿਹੜਾ ਹੈ, ਜਿਹੜਾ ਸਾਡੇ ਅੰਤਿਮ ਸੰਸਕਾਰ ਹੈਗਾ, ਉਹ ਸਾਨੂੰ ਨਹੀਂ ਮਿਲਦਾ, ਉਸ ਕੰਟਰੀ ਕੋਲ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ? ਅਤੇ ਉਹਨਾਂ ਕੋਲ ਬੇਨਤੀ ਕਰੀ ਜੋ ਹੈਗੀ ਆ ਸਾਡੀ ਡਿਪੋਰਟੇਸ਼ਨ ਦੇ ਮਸਲੇ 'ਤੇ ਰੋਕ ਲਗਾ ਕੇ ਜਿਹੜੇ ਬੰਦੇ ਇੱਥੇ ਆਏ ਉਹਨਾਂ ਨੂੰ ਇੱਥੋਂ ਦੀ ਅਸਾਈਲਮ ਦੇ ਕੇ ਉਹਨਾਂ ਰੱਖਣ ਦੀ ਕਿਰਪਾ ਕਰੋ ਜੀ। ਇਹ ਅਸਾਈਲਮ ਦੀ ਪ੍ਰੋਬਲਮ ਜੋ ਡਿਪੋਰਟੇਸ਼ਨ ਦੀ ਪ੍ਰੋਬਲਮ ਹੈਗੀ, ਖਾਲੀ ਯੂਕੇ ਤੋਂ ਨਹੀਂ, ਸੰਘਾ ਟੈਲੀਵਿਜ਼ਨ ਦਰਸ਼ਕ ਪੂਰੇ ਯੂਰਪ ਪਰ ਵੇਖ ਰਹੇ ਹੈ। ਇਹ ਪ੍ਰੋਬਲਮ ਬੈਲਜੀਅਮ ਵਿਖੇ, ਆਸਟਰੀਆ ਵਿਖੇ, ਨੈਦਰਲੈਂਡਸ ਵਿਖੇ, ਸਪੇਨ ਵਿਖੇ, ਈਵਨ ਜਰਮਨੀ ਵਿਖੇ ਅਤੇ ਡੈਨਮਾਰਕ, ਸਵੀਡਨ, ਉੱਥੇ ਵੀ ਪ੍ਰੋਬਲਮ ਹੈਗੀਆਂ। ਤੋ ਉੱਥੇ ਵੀ ਸਾਨੂੰ ਚਾਹੀਦਾ ਕਿ ਉੱਥੇ ਵੀ ਆਵਾਜ਼ ਉਠਾਈਏ। ਮੈਨੂੰ ਪਤਾ ਜਰਮਨੀ ਮੇਰਾ ਚੰਗੇ ਤਾਲੁਕਾਤ ਹੈਗੇ ਇੰਟਰਨੈਟ ਰਾਹੀਂ, ਈਸ਼ਵਰਦਾਸ ਜੀ ਹੋ ਗਏ, ਫਕੀਰ ਚੰਦ ਚੰਦੋਕ ਜੀ ਹੋ ਗਏ, ਉਹਨਾਂ ਦੇ ਲੜਕੇ ਅਸ਼ੋਕ ਦਾਸ, ਅਤੇ ਉਹਨਾਂ ਨਾਲ ਕਈ ਬੰਦੇ ਹਨ ਉੱਥੇ, ਕਾਫੀ ਕਾਫੀ ਜਦੋਜਹਿਦ ਕਰ ਰਹੇ ਨੇ ਇਸ ਆਵਾਜ਼ ਨੂੰ ਉਠਾਉਣ ਲਈ। ਉੱਥੇ ਲੋਬੀ ਤਗੜੀ ਹੈ, ਮੈਂ ਵੇਖਿਆ ਜੋ ਜਰਮਨੀ ਵੇਖਿਆ, ਲੋਬੀ ਬਹੁਤ ਸਟਰੋਂਗ ਹੈ ਸਾਡੇ ਭਾਈਚਾਰੇ ਦੀ, ਜੋ ਉੱਥੇ ਬਹੁਤ ਕਰ ਰਿਹਾ। ਪਰ ਸਾਨੂੰ ਚਾਹੀਦਾ ਕਿ ਕਿਸੇ ਤਰ੍ਹਾਂ ਹੁਣ ਅਸੀਂ ਆਵਾਜ਼ ਉੱਥੇ ਲੰਡਨ ਤੋਂ, ਯੂਕੇ ਤੋਂ ਬਾਹਰ ਕੱਢ ਕੇ ਉਹਨਾਂ ਨਾਲ ਮਿਲ ਕੇ ਕੁਛ ਇੰਟਰਨੈਸ਼ਨਲ ਲੈਵਲ 'ਤੇ, ਜਾਂ ਕੋਈ ਕਨਵੈਨਸ਼ਨ ਕੀਤੀ ਜਾਵੇ ਅਫਗਾਨਿਸਤਾਨ ਦੇ ਸਾਰੇ ਸਿੱਖ ਹਿੰਦੂ ਮਿਲ ਕੇ, ਇੱਕ ਕਨਵੈਨਸ਼ਨ ਕੀਤੀ ਜਾਵੇ ਪੂਰੇ ਜਾਂ ਲੰਡਨ ਵਿਖੇ, ਜਾਂ ਕਾਬੁਲ ਵਿਖੇ, ਜਾਂ ਦਿੱਲੀ ਵਿਖੇ, ਜਾਂ ਨਿਊਯਾਰਕ ਵਿਖੇ, ਕਿ ਇਕੱਠੇ ਹੋ ਕੇ ਸਾਰੇ ਕੋਈ ਇਹਦੇ ਬਾਰੇ ਕੁਛ ਸਾਰੀ ਮੁਸ਼ਕਲਾਂ ਬਾਰੇ ਅਸੀਂ ਕੁਛ ਸੋਚ ਸਕੀਏ। ਬਿਲਕੁਲ ਜੀ, ਬਿਲਕੁਲ ਸਹੀ ਹੋਣਾ ਚਾਹੀਦਾ। ਜਿਸ ਤਰ੍ਹਾਂ ਇੱਕ ਬੰਦਾ ਆਪਣਾ ਕਾਰੋਬਾਰ ਛੋੜਦਾ ਹੈ, ਘਰ ਬਣਾਉਂਦਾ, ਸਾਲਾਂ ਤੋਂ ਉਸ ਤੋਂ ਜਾਨ ਪੱਟਣਾ ਪੈਂਦੀ ਹੈ, ਜਿਸ ਟਾਈਮ ਉਹ ਘਰ ਛੋੜਦਾ ਉਸ 'ਤੇ ਪਤਾ ਲੱਗਦਾ ਹੈ ਕਿ ਕਿੰਨੀ ਮੁਸ਼ਕਲ ਨਾਲ ਆਪਣਾ ਘਰ ਛੋੜ ਕੇ ਆਉਂਦਾ ਹੈ। ਵਤਨ ਛੋੜਨਾ ਬੜੀ ਮੁਸ਼ਕਲ ਗੱਲ ਹੈ, ਪਰ ਕਿਸ ਮੁਸ਼ਕਲਾਂ ਨਾਲ ਇੱਕ ਜਗ੍ਹਾ ਤੱਕ ਪਹੁੰਚ ਜਾਂਦਾ ਹੈ, ਸੇਫਟੀ ਆਪਣੀ ਜਾਨ ਰੱਖਣ ਵਾਸਤੇ ਯੂਰਪ ਵਿੱਚ, ਜਾਂ ਯੂਕੇ ਵਿੱਚ, ਜਾਂ ਅਮਰੀਕਾ ਵਿੱਚ, ਆਸਟ੍ਰੇਲੀਆ ਵਿੱਚ, ਅਤੇ ਫਿਰ ਇੱਥੋਂ ਵੀ ਬੜੀ ਅਫਸੋਸ ਦੀ ਗੱਲ ਹੈ ਕਿ ਇੱਥੋਂ ਦੀ ਗੌਰਮੈਂਟ ਠੀਕ ਹੈ ਕਿ ਨਹੀਂ ਕਹਿੰਦੇ ਅਸੀਂ ਸੇਫ ਹਾਂ, ਇੰਨੀ ਸੇਫ ਹੋਣ, ਇਹਨਾਂ ਕੋਲ ਵਸਲਾ ਮੌਜੂਦ ਹੈ, ਸਭ ਚੀਜ਼ ਮੌਜੂਦ ਹੈ, ਅਸੀਂ ਲੋਕ ਜਦ ਉੱਥੇ ਆਇਵਾਂ ਤਾਂ ਖਾਲੀ ਹੱਥ ਹਾਂ, ਅਤੇ ਖਾਲੀ ਹੱਥ ਅਸੀਂ ਕੀ ਕਰ ਸਕਦੇ ਹਾਂ? ਜਦ ਖਾਲੀ ਹੱਥ ਅਸੀਂ ਕੁਛ ਨਹੀਂ ਕਰ ਸਕਦੇ ਹਾਂ, ਸਾਡੇ ਖਾਲੀ ਹੱਥ ਨੂੰ ਇੰਨੀ ਨਜ਼ਰ ਤਲੇ ਲਪੜ ਕੇ ਸਾਨੂੰ ਡਿਪੋਰਟ ਨਾ ਕੀਤਾ ਜਾਵੇ। ਸਾਡੇ ਲੋਕਾਂ ਵਾਸਤੇ, ਖਾਸ ਕਰਕੇ ਹਿੰਦੂ ਸਿੱਖ ਵਾਸਤੇ, ਇਸ ਟਾਈਮ ਪ੍ਰਿਤਪਾਲ ਸਿੰਘ ਜੀ ਤੁਸੀਂ ਆਪ ਦੇਖ ਕੇ ਆਏ ਹੋ ਅਫਗਾਨਿਸਤਾਨ, ਕਿ ਸਾਡੇ ਲੋਕ ਇੱਕ ਇੱਕ ਰੂਮ ਵਿੱਚ ਛੇ ਛੇ ਬੰਦੇ ਰਹਿੰਦੇ ਨੇ, ਸੱਤ ਬੰਦੇ ਰਹਿੰਦੇ ਨੇ, ਜਾਂ ਗੁਰਦੁਆਰੇ ਸਾਹਿਬਾਂ ਵਿੱਚ, ਜਾਂ ਮੰਦਰਾਂ ਵਿੱਚ ਰਹਿੰਦੇ ਨੇ, ਘਰ ਉਹਨਾਂ ਕੋਲ ਨਹੀਂ, ਜਗ੍ਹਾ ਉਹਨਾਂ ਕੋਲ ਨਹੀਂ। ਜੇ ਇੱਕ ਬੰਦੇ ਨੂੰ ਪੂਰਾ ਉਹ ਖਰਚਾ ਕਰਕੇ ਇੱਥੇ ਪਹੁੰਚ ਜਾਂਦਾ ਹੈ, ਅਤੇ ਇੱਥੋਂ ਵਾਪਸ ਉਸ ਤੋਂ ਖਾਲੀ ਹੱਥ ਅਫਗਾਨਿਸਤਾਨ ਹੀ ਰਿਟਰਨ ਕੀਤਾ ਜਾਂਦਾ ਹੈ, ਅਤੇ ਉਸ ਕੋਲ ਪੋਕਟ ਮਨੀ ਵੀ ਨਹੀਂ ਹੁੰਦੇ, ਅਤੇ ਫਿਰ ਜਾ ਕੇ ਉਹ ਕਿੱਥੇ ਰਹਿ ਸੀ? ਉਸ ਦੀ ਪ੍ਰੋਬਲਮ ਨੂੰ ਨਜ਼ਰ ਤਲੇ ਲਪੜ ਕੇ ਅਸੀਂ ਯੂਕੇ ਦੀ ਗੌਰਮੈਂਟ, ਬਲਕਿ ਯੂਰਪ, ਜਿੱਥੇ ਵੀ ਸਾਡੇ ਲੋਕ ਵਸਨੀਕ ਹਨ, ਸਾਰਿਆਂ ਕੋਲ ਸਾਡੀ ਇਹੀ ਰਿਕੁਐਸਟ ਹੈ ਕਿ ਕੋਸ਼ਿਸ਼ ਕੀਤੀ ਜਾਵੇ ਅਤੇ ਸਾਡੀ ਡਿਪੂਟੇਸ਼ਨ ਨੂੰ ਬੰਦ ਕੀਤਾ ਜਾਵੇ। ਅਸੀਂ ਸੰਗਤ ਟੀਵੀ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਇਹ ਪਲੇਟਫਾਰਮ ਮੁਹੱਈਆ ਕਰਕੇ ਅੱਜ ਦੇ ਸੈਂਸਿਟਿਵ ਮੌਕੇ 'ਤੇ ਇਹ ਆਵਾਜ਼ ਉਠਾਈ ਨੇ, ਅਤੇ ਆਪਣੇ ਭਰਾਵਾਂ ਨਾਲ ਘੁੰਮੋ ਕਰਨ ਦੀ ਸੋਚੀ ਨੇ। ਅਸੀਂ ਸੰਗਤ ਟੀਵੀ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਅਤੇ ਧੰਨਵਾਦੀ ਹੈ ਕਿ ਇਹ ਮੌਕਾ ਸਾਨੂੰ ਦਿੱਤਾ ਨਹੀਂ ਕਿ ਅਸੀਂ ਆਪਣੀ ਆਵਾਜ਼ ਵਰਲਡ 'ਚ ਸਾਰੇ ਆਪਣੇ ਭਰਾਵਾਂ ਨੂੰ ਪਹੁੰਚਾ ਸਕੀਏ, ਜਿਹੜੀ ਪ੍ਰੋਬਲਮ ਦਾ ਸਾਨੂੰ ਅੱਜ ਅਫਗਾਨਿਸਤਾਨ 'ਚ ਸਾਹਮਣਾ ਕਰਨਾ ਪੈਂਦਾ ਹੈ। ਇਹ ਸਾਰੀ ਜਿੱਥੇ ਵੀ ਸਾਡੇ ਭਰਾ, ਹਿੰਦੂ ਭਰਾ, ਸਿੱਖ ਭਰਾ ਰਹਿ ਰਹੇ ਹਨ, ਵਸਨੀਕ ਹਨ, ਉਹਨਾਂ ਤੱਕ ਸਾਡੀ ਆਵਾਜ਼ ਪਹੁੰਚੇ, ਅਤੇ ਸਾਨੂੰ ਉਹਨਾਂ ਦੀ ਕੌਮੁਖ ਦੀ ਪੂਰੀ ਜ਼ਰੂਰਤ ਹੈ, ਸਾਡੇ ਨਾਲ ਕੰਧਾਂ 'ਤੇ ਕੰਧਾਂ ਮਿਲਾਉਣ। ਅਸੀਂ ਸੰਗਤ ਟੀਵੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਸਾਨੂੰ ਇਹ ਮੌਕਾ ਦਿੱਤਾ ਹੈ, ਤਾਂ ਸਾਡੀ ਆਵਾਜ਼ ਅੱਗੇ ਤੱਕ ਪਹੁੰਚਾਉਣ ਦਾ ਸਾਨੂੰ ਮੌਕਾ ਦਿੱਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।